ਇਹ ਕੋਈ ਗੱਲ ਨਹੀਂ ਸਜਣਾ ਇੱਕ ਵਾਰੀ ਹੋਰ ਪੰਜਾਬ ਦਾ ਸਭ ਤੋਂ ਵੱਡਾ ਸੈਮੀਨਾਰ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਆ ਰਹੀ ਹੈ ਪੰਜਾਬ ਅਡਾ ਦੀ ਪੂਰੀ ਟੀਮ ਤੁਹਾਨੂੰ ਮਿਲਣ ਪੰਜਾਬ ਦੇ ਮਾਂਚੈਸਟਰ ਲੁਧਿਆਣਾ ਵਿਖੇ 7 ਅਕਤੂਬਰ ਨੂੰ ਮਾਲਵੇ ਦੇ ਸ਼ਹਿਰ ਲੁਧਿਆਣਾ ਵਿੱਚ ਹੋਏਗੀ ਤੁਹਾਡੇ ਆਉਣ ਵਾਲੇ ਭਵਿੱਖ ਦੀ ਗੱਲਬਾਤ ਜੁੜਨਾ ਨਾ ਭੁੱਲਿਓ ਕਰੀਅਰ ਗਾਈਡੈਂਸ ਦੇ ਸੈਮੀਨਾਰ ਦੇ ਵਿੱਚ 7 ਅਕਤੂਬਰ ਦਿਨ ਸ਼ਨੀਵਾਰ ਅਸੀਂ ਵੀ ਆਵਾਂਗੇ ਤੁਸੀਂ ਵੀ ਆਇਓ ਸਾਥ ਸ਼੍ਰੀਕਾਂ ਇਹ ਕੋਈ ਗੱਲ ਨਹੀਂ ਸਜਣਾ ਇੱਕ ਵਾਰੀ ਹੋਰ ਪੰਜਾਬ ਦਾ ਸਭ ਤੋਂ ਵੱਡਾ ਸੈਮੀਨਾਰ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਆ ਰਹੀ ਹੈ ਪੰਜਾਬ ਵੱਡਾ ਦੀ ਪੂਰੀ ਟੀਮ ਤੁਹਾਨੂੰ ਮਿਲਣ ਪੰਜਾਬ ਦੇ ਮੈਂਚੈਸਟਰ ਲੁਧਿਆਣਾ ਵਿਖੇ 7 ਅਕਤੂਬਰ ਨੂੰ ਮਾਲਵੇ ਦੇ ਸ਼ਹਿਰ ਲੁਧਿਆਣਾ ਵਿੱਚ ਹੋਏਗੀ ਤੁਹਾਡੇ ਆਉਣ ਵਾਲੇ ਭਵਿੱਖ ਦੀ ਗੱਲਬਾਤ ਜੁੜਨਾ ਨਾ ਭੁੱਲਿਓ ਕੈਰੀਅਰ ਗਾਈਡੈਂਸ ਦੇ ਸੈਮੀਨਾਰ ਦੇ ਵਿੱਚ 7 ਅਕਤੂਬਰ ਦਿਨ ਸ਼ਨੀਵਾਰ ਅਸੀਂ ਵੀ ਗਲਤ ਨਹੀਂ ਸਜਵਾ ਇੱਕ ਵਾਰੀ ਹੋਰ ਪੰਜਾਬ ਦਾ ਸਭ ਤੋਂ ਵੱਡਾ ਸੈਮੀਨਾਰ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਆ ਰਹੀ ਹੈ ਪੰਜਾਬ ਵੱਡਾ ਦੀ ਪੂਰੀ ਟੀਮ ਤੁਹਾਨੂੰ ਮਿਲਣ ਪੰਜਾਬ ਦੇ ਮੈਂਚੈਸਟਰ ਲੁਧਿਆਣਾ ਵਿਖੇ 7 ਅਕਤੂਬਰ ਨੂੰ ਮਾਲਵੇ ਦੇ ਸ਼ਹਿਰ ਲੁਧਿਆਣਾ ਵਿੱਚ ਹੋਏਗੀ ਤੁਹਾਡੇ ਆਉਣ ਵਾਲੇ ਭਵਿੱਖ ਦੀ ਗੱਲਬਾਤ ਜੁੜਨਾ ਨਾ ਭੁੱਲਿਓ ਕਰੀਅਰ ਗਾਈਡੈਂਸ ਦੇ ਸੈਮੀਨਾਰ ਦੇ ਵਿੱਚ 7 ਅਕਤੂਬਰ ਦਿਨ ਸ਼ਨੀਵਾਰ ਅਸੀਂ ਵੀ ਆਵਾਂਗੇ ਤੁਸੀਂ ਵੀ ਆਇਓ ਸਤਿ ਸ਼੍ਰੀ ਅਕਾਲ ਤਾਂ ਇਸ ਅੱਛੀ ਕਾਲ ਦੀ ਸਾਰ ਨੂੰ ਸਵਾਗਤ ਹੈ ਇੱਕ ਵਾਰ ਫਿਰ ਪੰਜਾਬ ਅੱਡਾ 247 ਤੇ ਪ੍ਰਣਾ ਹੈ ਗगन ਤਾਂ ਦੇਖ ਹੀ ਚੁੱਕੇ ਜਿੱਦਾਂ ਤੁਸੀਂ ਤਾਂ ਜੀ 7 ਤਰੀਕ ਲੁਧਿਆਣਾ ਜ਼ਿਲ੍ਹਾ ਕਚੇਰੀ ਏਰੀਆ ਗੁਰੂ ਨਾਨਕ ਦੇਵ ਭਵਨ ਵਿੱਚ ਪੰਜਾਬ ਬਰਡਾ 247 ਦੀ ਸਾਰੀ ਟੀਮ ਆਰੀ ਹੈ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੇਖੋ ਜੀ ਇੱਕ ਪ੍ਰੋਬਲਮ ਆਪਣੇ ਆਨਲਾਈਨ ਚ ਇਹੀ ਰਹਿੰਦੀ ਹੈ ਆਪਾਂ ਉਹਨੂੰ ਜਿੰਨਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਉਹ ਆਪਾਂ ਕਰ ਵੀ ਰਹੇ ਹਾਂ ਕਿ ਯਾਰ ਆਨਲਾਈਨ ਆਪਾਂ ਤੁਹਾਡੇ ਨਾਲ ਵੀਡੀਓ ਕਾਲ ਤੇ ਆ ਜੀਏ ਆਪਾਂ ਗੱਲਬਾਤ ਜਿੰਨਾ ਜ਼ਿਆਦਾ ਹੋ ਸਕੇ ਉਹ ਆਪਾਂ ਕਰੀਏ ਲੇਕਿਨ ਫੇਰ ਵੀ ਇੱਕ ਨਾ ਇੱਕ ਜਿਹੜਾ ਛੋਟਾ ਜਿਹਾ ਇੱਕ ਪ੍ਰੋਬਲਮ ਰਹਿ ਹੀ ਜਾਂਦੀ ਹੈ ਕਿ ਯਾਰ ਲਿੰਕਾ ਪਪਾ ਕਿਦਾਂ ਕਰੀਏ ਬੱਚਿਆਂ ਨਾਲ ਤਾਂ ਜੀ ਉਹਦੀ ਟੈਨਸ਼ਨ ਵੀ ਖਤਮ ਹੁਣ ਆਪਾਂ ਬਾਰੀ-ਬਾਰੀ ਆਪਾਂ ਆਏ ਸੀਗੇ ਪਹਿਲਾਂ ਤਿੰਨ ਮਹੀਨੇ ਲੱਗੇ ਵੈਸੇ ਉਹਨੂੰ ਤਾਂ ਜੁਲਾਈ ਵਿੱਚ ਆਏ ਸੀਗੇ ਅਸੀਂ ਬਠਿੰਡੇ ਤੇ ਹੁਣ ਆ ਰਹੇ ਹਾਂ ਅਸੀਂ ਲੁਧਿਆਣੇ ਤਾਂ ਬਹੁਤ ਖੁਸ਼ੀ ਹੋਊਗੀ ਜੇ ਤੁਸੀਂ ਆਓਗੇ ਤਾਂ ਇੱਕ ਚੀਜ਼ ਕਰਨੀ ਆਪਾਂ ਜਿਹੜਾ ਜਿਹੜਾ ਆਊਗਾ ਰਜਿਸਟ੍ਰੇਸ਼ਨ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਲਈ ਯਾਰ ਅਸੀਂ ਖਾਣ ਪੀਣ ਦਾ ਇੰਤਜ਼ਾਮ ਕਰਨਾ ਹੈ ਪੀ ਪਾਣੀ ਹੋ ਗਿਆ ਤੁਹਾਡੇ ਲਈ ਕੋਈ ਟੀ-ਸ਼ਰਟ ਮੱਗਾ ਪੈਨ ਕਾਪੀ ਜੋ ਵੀ ਕੁਝ ਲੈ ਕੇ ਆਉਂਗੇ ਤਾਂ ਯਾਰ ਉਹੀ ਗੱਲ ਹੈ ਜਿੰਨੇ ਬੱਚੇ ਰਜਿਸਟਰ ਕਰਨ ਦੇ ਉਹਦੇ ਹਿਸਾਬ ਨਾਲ ਹੀ ਲਿਆਉਂਗੇ ਬਠਿੰਡਾ ਚ ਬੱਚੇ ਨੇ ਕੀਤਾ ਨਹੀਂ ਸੀ ਰਜਿਸਟਰ ਬਹੁਤ ਸਾਰਾ ਕਾਲਾ ਮਾਲਾ ਹੋਇਆ ਸੀ ਮੈਂ ਤੁਸੀਂ ਕਰਨਾ ਕੀ ਹੈ ਜਿੱਥੇ ਤੁਹਾਡੀ ਚੈਟ ਚੱਲੀ ਹੋਈ ਹੈ ਉੱਥੇ ਟੌਪ ਤੇ ਦੇਖੋ ਨੀਲੇ ਰੰਗ ਦੀ ਪੱਟੀ 'ਚ ਲਿਖਿਆ ਹੋਊਗਾ ਕੁਝ ਪੁੱਲਸ ਵਾਲਾ ਉਹ ਪੂਜਾ ਬਣਾ ਹੋਗਾ ਤੇ ਲਿਖਿਆ ਹੋਣਾ ਕੈਰੀਅਰ ਗਾਈਡੈਂਸ ਕੁਝ ਕਰਕੇ ਉਹਦੇ ਤੇ ਕਲਿੱਕ ਕਰਿਓ ਥੱਲੇ ਹੋਊਗਾ ਲਿੰਕ ਲਿੰਕ ਤੇ ਕਲਿੱਕ ਕਰਿਓ ਤੇ ਰਜਿਸਟਰ ਹੋ ਜਾਊਗਾ ਬਸ ਲਿੰਕ ਤੇ ਕਲਿੱਕ ਕਰਨਾ ਹੈ ਤੁਹਾਨੂੰ ਅੱਗੇ ਜਾ ਕੇ ਪੇਜ ਖੁੱਲੋਗਾ ਰਜਿਸਟਰ ਕਰਨਾ ਹੈ ਤੁਹਾਨੂੰ ਬਸ ਇੰਨਾ ਕੰਮ ਕਰਨਾ ਹੈ ਬਸ ਲਿੰਕ ਤੇ ਕਲਿੱਕ ਕਰਕੇ ਜਿਹੜਾ ਰਿਕਾਰਡ ਦੇਖ ਰਹਾ ਉਹਨੂੰ ਵੀ ਦੱਸ ਦੇਣਾ ਬੱਚੇ ਕਮੈਂਟ ਸੈਕਸ਼ਨ ਵਿੱਚ ਇਹੀ ਸੇਮ ਲਿੰਕ ਲੱਗਿਆ ਹੋਊਗਾ ਬਸ ਲਿੰਕ ਤੇ ਕਲਿੱਕ ਕਰਨਾ ਹੈ ਤੇ ਅੱਗੇ ਜਾ ਕੇ ਆਪਣੇ ਰਜਿਸਟਰ ਹੋ ਜਾਊਗਾ ਤੁਹਾਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਬਸ ਪਲੀਜ਼ ਆਪਣੇ ਲਈ ਵੀ ਦੂਜਿਆਂ ਲਈ ਵੀ ਸਾਰੇ ਲਈ ਵੀ ਰਜਿਸਟਰ ਜ਼ਰੂਰ ਕਰ ਲਿਓ ਕਿਉਂਕਿ ਪਿਛਲੀ ਵਾਰ ਬਹੁਤ ਘੱਟ ਪੈ ਗਈ ਸੀ ਗੀਆਂ ਚੀਜ਼ਾਂ ਸਾਨੂੰ ਨਹੀਂ ਪਤਾ ਉਹ ਕਿੰਨੇ ਬੱਚਾ ਨੇ ਆਣਾ ਵਿਆਹ ਚ ਹੋਣਾ ਸੀ ਕਾਰਡ ਭੇਜਦੇ ਸੀ ਐਕਸਪੈਕਟ ਕਰਦੇ ਆ ਵੀ ਉਹਦੇ ਘਰੋਂ ਉਹ ਦੋ ਆਣਗੇ ਉਹਦੇ ਘਰੋਂ ਉਹਦਾ ਬਾਪੂ ਵੀ ਆਊਗਾ ਉਹਦੇ ਘਰੋਂ ਉਹਦੇ ਜਵਾਕ ਵੀ ਆਣਗੇ ਤਾਂ ਉਸ ਸਾਬ ਨਾਲ ਅਸੀਂ 1000 ਪਲੇਟਾਂ ਦਾ ਕੰਮ ਕਰ ਲੈਂਦੇ ਹੁਣ ਪਤਾ ਲੱਗੇ ਪਲੇਟਾਂ 1000 ਕਿਤੇ ਲੋਕ 1500 ਆ ਗਏ ਫਿਰ ਲੋਕਾਂ ਨੇ ਕੀ ਕਹਿਣਾ ਕੰਜੂਸ ਨੇ ਇਹ ਤਾਂ ਖਾਣਾ ਵੀ ਘੱਟ ਕਰਾਇਆ ਹੁਣ ਸਾਡੀ ਕੀ ਗਲਤੀ ਹੁਣ ਖੜੇ ਪੈਰ ਅਸੀਂ ਚਿਕਨ ਤੰਦੂਰੀ ਤਾਂ ਤਿਆਰ ਕਰ ਨਹੀਂ ਸਕਦੇ ਕਿੱਥੋਂ ਲਈ ਇਹਨੇ ਮੁਰਗੇ ਹੈਨਾ ਚਲੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰ ਹਰ ਮਾਦੇ ਸਵਾਗਤ ਹੈ ਸਾਰਿਆਂ ਦਾ ਪੰਜਾਬ ਵੱਡਾ 257 ਤੇ ਸ਼ੁਰੂ ਕਰਦੇ ਫਟਾਫਟ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਪਹਿਲੀ ਗੱਲ ਤਾਂ ਉਹੀ ਪਹਿਲਾ ਆਪਾਂ ਕਰਾਂਗੇ ਪਿਛਲੇ ਕੱਲ ਦੇ ਕਰੰਟ ਅਫੇਅਰ ਕੁਐਸਚਨ ਅੰਦਰ ਫਾਰਮ ਵਿੱਚ ਫਿਰ ਆਪਾਂ ਕਰਾਂਗੇ ਅੱਜ ਦੇ ਕਰੰਟ ਅਫੇਅਰ ਡਿਟੇਲ ਵਿੱਚ ਤੇ ਐਂਡ 'ਚ ਆਪਾਂ ਕਰਾਂਗੇ ਵਨ ਲਾਈਨ ਫਾਰਮ ਦੇ ਵਿੱਚ ਕਰੰਟ ਅਫੇਅਰ ਠੀਕ ਹੈ ਚਲੋ ਤਾਂ ਜਿਹੜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੇ ਲਿੰਕ ਜਿਹੜੇ ਫਾਰਮ ਫੀਲਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਅੱਜ ਉਹਦੇ ਉੱਤੇ ਵੀਡੀਓ ਬਣਾਉਂਗਾ ਮੈਂ ਕਿਦਾਂ ਤੁਸੀਂ ਫਾਰਮ ਭਰਨਾ ਹੈ ਤਾਂ ਦੇਖ ਲਿਓ ਕੋਈ ਗੜਬੜ ਨਾ ਕਰ ਦਿਓ 20 ਤਰੀਕ ਲਾਸਟ ਹੈ ਹੈਨਾ 20 ਤਰੀਕ ਲਾਸਟ ਹੈ ਚਲੋ ਹਾਂਜੀ ਪਹਿਲਾ ਸਵਾਲ ਨਹੀਂ ਹੈ ਜੀ ਬਸ ਵੈਸੀ ਹੈ ਜੀ ਕਿ ਸੁਪਨਿਲ ਸੁਰੇਸ਼ ਕੁਸਾਲੇਸ਼ ਆਸ਼ਵਰੇ ਪ੍ਰਤਾਪ ਸਿੰਘ ਥੋਮਰ ਤੇ ਅਖਿਲ ਚੋਹਰਾਨ ਨੇ 골ਡ ਮੈਡਲ ਦਿੱਤਾ ਜੀ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਵਿੱਚ ਠੀਕ ਹੈ ਇਹਦੇ ਬਾਰੇ ਸਵਾਲ ਨਹੀਂ ਬਣਾ ਚਲੋ ਅਗਲਾ ਪਲਕ ਗੂਲਿਆ ਨੇ ਜਿੱਤ ਲਿਆ ਜੀ 골ਡ ਮੈਡਲ ਕੁੜੀਆਂ ਦੀ 10 ਮੀਟਰ 에ਅਰ ਪਿਸਟਲ ਐਟ ਦਾ 19th ਐਸ਼ੀਅਨ ਗੇਮਸ ਪਲਕ ਗੂਲਿਆ ਇਹ ਤਾਂ ਆਪਾਂ ਕਰ ਨਹੀਂ ਲਿਆ ਸੀ ਗੱਲ ਚੰਡੀਗੜ੍ਹ ਤੋਂ ਤੇ ਕਰ ਲਿਆ ਸੀ ਅਸੀਂ कर लिया कल आीपीटी आ गई के तरीक तो चार अक्टूबर लिखी है यार आ गई हो गया यार एक मिनट दो कुछ हो गया यार तरीक तो चार है यार ਲੋ ਜੀ ਕੁਝ ਕਾਂਡ ਹੋ ਗਿਆ ਮੈਨੂੰ ਲੱਗਦਾ ਮੇਰੀ ਪੀਪੀਟੀ ਨਾਲ ਦੇਖੋ ਤਰੀਕ 4 ਅਕਤੂਬਰ ਲਿਖੀ ਹੈ ਪੀਪੀਟੀ ਕੱਲ ਦੀ ਹੈ ਮੈਨੂੰ ਸਮਝ ਨਹੀਂ ਆ ਰਹਾ ਯਾਰ ਨਹੀਂ ਅਗਲੇ ਕੁਐਸਚਨ ਸਾਰੇ ਉਹੀ ਨੇ ਯਾਰ ਪਤਾ ਨਹੀਂ ਕੀ ਹੋਇਆ ਏ ਯਾਰੇ ਵੀ ਪੰਗਾਈ ਹੈ ਚਲੋ ਮਾਫ ਕਰਿਓ ਯਾਰ ਅਜਲੀ ਤਾਂ ਕੱਲ ਕੱਲ ਦੇ ਕੁਝ ਕਰੰਟ ਅਫੇਅਰ ਬਚੇ ਸੀਗੇ ਪੈਂਡਿੰਗ ਉਹ ਆਪਾਂ ਕਰ ਲੈਨੇ ਯਾਰ ਇਹ ਪਤਾ ਨਹੀਂ ਕੀ ਹੋਇਆ ਯਾਰ ਜਾਦਾ ਆਪਾਂ ਜਿਆਦਾ ਜਿਆਦਾ ਆਪਾਂ ਕਰ ਗਏ ਕੱਲ ਕਿ ਸਾਡੇ ਕਰਾਇਚੋ ਫਾਇਰਮੈਨ ਦੇ ਪੇਪਰ 'ਚ ਸਵਾਲ ਆ ਗਏ ਨજર ਨજર ਲੱਗੀ ਕਾ ਕੁਝ ਟੂਣਾ ਟਾਣਾ ਕਰ ਗਿਆ ਕੋਈ ਕਹਿੰਦੀ ਅੱਜ ਮੈਂ ਕਲਾਸ ਲਗਾਣਾ ਹੀ ਕਰਨ ਹੋ ਗਿਆ ਕੋਈ ਗੱਲ ਨਹੀਂ ਯਾਰ ਕੱਲ ਦੇ ਕੁਝ ਕਰੰਟ ਅਫੇਅਰ ਰਹਿੰਦੇ ਸੀਗੇ ਉਹ ਕਰ ਲੈਨੇ ਆਪਾਂ ਬਤਾ ਹੈ ਫਿਟੇ ਮੂੰਹ ਚਲੋ ਬਰੋ ਤੱਕ ਆਪਾਂ ਕਰ ਲਿਆ ਸੀ ਹੈ ਨਾ ਆਪਾਂ ਬਰੋ ਤੱਕ ਕਰ ਲਿਆ ਸੀਗੇ ਕੁਝ ਬੱਚੇ ਨੇ ਕੱਲ ਦੇ ਕਰੰਟ ਫਿਰ ਉਹ ਕਰ ਲੈਣੇ ਹੁਣ ਪਟਾਈ ਹੋਰ ਕਰਨਾ ਕੀ ਹੁਣ ਚਲੋ ਹਾਂਜੀ ਪਹਿਲੀ ਗੱਲ ਦੇਖੋ ਜੰਮੂ ਐਂਡ ਕਸ਼ਮੀਰ ਨੇ ਅਚੀਵ ਕਰ ਲਿਆ ਜੀ 100% ਓਪਨ ਡੈਫੀਕੇਸ਼ਨ ਫ੍ਰੀ ਪਲੱਸ ਮਾਡਲ ਸਟੇਟਸ ਇਦਾਂ ਆਈਫੋਨ ਆਈਫੋਨ ਪਲੱਸ ਹੈ ਨਾ ਦੇ ਦੋ ਨਾ ਆਈਫੋਨ 6 ਆਈਫੋਨ 6 ਪਲੱਸ ਐਦਾਂ ਕੱਢਿਆ ਤਾਂ ਜੰਮੂ ਕਸ਼ਮੀਰ ਨੇ 100% ਓਪਨ ਡੈਫੀਕੇਸ਼ਨ ਫ੍ਰੀ ਪਲੱਸ ਮਾਡਲ ਸਟੇਟਸ ਕੱਢ ਲਿਆ ਹੁਣ ਪਲੱਸ ਦਾ ਮਤਲਬ ਕੀ ਹੋਇਆ ਭਲਾ ਪਲੱਸ ਦਾ ਮਤਲਬ ਓਪਨ ਡੈਫੀਕੇਸ਼ਨ ਦਾ ਮਤਲਬ ਕਿ ਬਾਥਰੂਮ ਬਣੇ ਹੋਵੇ ਕੋਈ ਬਾਹਰ ਜੰਗਲ ਪਾਣੀ ਨੂੰ ਨਾ ਜਾਵੇ ਲੇਕਿਨ ਇਹ ਉਤੋਂ ਵੀ ਅੱਗੇ ਨਿਕਲ ਚੁੱਕੇ ਨੇ ਕਹਿੰਦੇ ਬਾਥਰੂਮ ਬਣੇ ਹੋਣ ਬਾਹਰ ਕੋਈ ਜੰਗਲ ਪਾਣੀ ਨੂੰ ਨਾ ਜਾਵੇ ਉਹ ਸਭ ਤਾਂ ਠੀਕ ਹੈ ਲੇਕਿਨ ਇਹਨਾਂ ਨੇ ਉਤੋਂ ਵੱਧ ਚੜ ਕੇ ਹੋਰ ਵੀ ਕੰਮ ਕੀਤਾ ਉਹ ਪੜਦੇ ਆ ਤਾਂ ਸਵੱਛ ਭਾਰਤ ਮਿਸ਼ਨ ਤਹਿਤ ਜੰਮੂ ਕਸ਼ਮੀਰ ਦੇ ਸਾਰੇ 650 ਪਿੰਡਾਂ ਨੂੰ ਖੁੱਲੇ ਵਿੱਚ ਸ਼ੌਚ ਮੁਕਤ ਜਿਨਾਂ ਨੂੰ ਆਪਾਂ ਕਹਿਆ ਜਾਂਦਾ ਓਪਨ ਡੈਫିକੇਸ਼ਨ ਪਲੱਸ ਮਾਡਲ ਐਲਾਨਿਆ ਗਿਆ ਤਾਂ ਜੰਮੂ ਕਸ਼ਮੀਰ ਨੇ ਇੱਕ ਅਜੀਹਾਰ ਰਤਬਾ ਪ੍ਰਾਪਤ ਕੀਤਾ ਹੈ ਜੋ ਪਖਾਨੇ ਬਣਾਉਣ ਤੋਂ ਅੱਗੇ ਫੈਲਿਆ ਹੋਇਆ ਹੈ ਮਤਲਬ ਕਿ ਸਿਰਫ ਬਾਥਰੂਮ ਦੀ ਗੱਲ ਨਹੀਂ ਹੋ ਰਹੀ ਕਹਿੰਦੇ ਗ੍ਰੇ ਵਾਟਰ ਤੇ ਸੋਲਿਡ ਵੇਸਟ ਗ੍ਰੇ ਵਾਟਰ ਕੀ ਹੁੰਦਾ ਹੁਣ ਤੁਸੀਂ ਬਰਸ਼ ਕਿੱਥੇ ਕਰਦੇ ਹੋ ਵਾਸ਼ਬੇ ਸਿੰਕ ਖੜੇ ਹੋ ਕੇ ਸਿੰਕ ਤੇ ਖੜੇ ਹੋ ਕੇ ਨਾ ਉਹ ਸਾਰਾ ਪਾਣੀ ਵੇਸ ਮੂੰਹ ਤੋਤਾ ਉਹ ਸਾਰਾ ਪਾਣੀ ਵੇਸ ਹੈ ਨਾ ਹੱਥ ਤੋਤੇ ਸਾਰਾ ਪਾਣੀ ਵੇਸ ਉਹਨੂੰ ਕਿਹਾ ਜਾਂਦਾ ਹੈ ਗ੍ਰੇ ਵਾਟਰ ਉਹਦਾ ਵੀ ਇਹਨਾਂ ਨੇ ਹਿਸਾਬ ਕਿਤਾਬ ਲੱਭ ਲਿਆ ਵੀ ਇਸ ਨੂੰ ਕਿਦਾਂ ਕਰਨਾ ਹੈ ਸੋਲਿਡ ਵੇਸ ਕੀ ਹੁੰਦਾ ਬਾਥਰੂਮ ਕਿਚਨ ਜੀ ਕੀ ਕਰਦੇ ਹੋ ਗੱਡਾ ਕੱਟਦੇ ਹੋ ਉੱਤੋਂ ਛਿਲਕਾ ਸਿੱਟ ਦਿੰਦੇ ਹੋ ਟਮਾਟਰ ਕੱਟਦੇ ਹੋ ਉੱਤੋਂ ਕੱਟ ਦਿੰਦੇ ਹੋ ਸੇਬ ਕੱਟਦੇ ਹੋ ਵਿਚਾਲੋਂ ਬੀਜ ਕੱਟ ਦਿੰਦੇ ਹੋ ਉਹਦਾ ਵੀ ਇਹਨਾਂ ਨੇ ਟਿਕਾਣਾ ਲੱਭ ਲਿਆ ਤਾਂ ਜੀ ਬਹੁਤ ਇੰਪੋਰਟੈਂਟ ਜੰਮੂ ਕਸ਼ਮੀਰ ਓਪਨ ਡੈਫੀਨੇਸ਼ਨ ਫਰੀ ਪਲੱਸ ਮਾਡਲ ਬਣ ਚੁੱਕਾ ਹੈ ਧਿਆਨ ਰੱਖਣਾ ਹੈ ਜੰਮੂ ਕਸ਼ਮੀਰ ਬਾਰੇ ਇੰਪੋਰਟੈਂਟ ਗੱਲਾਂ ਇਹਦੇ ਲੈਫਟਨੈਂਟ ਗਵਰਨਰ ਦਾ ਨਾਂ ਕੀ ਹੈ ਮਨੋਜ सिन्हा ਸਮਰਦੀ ਕੈਪੀਟਲ ਗਰਮੀਆਂ ਦੀ ਕੈਪੀਟਲ ਦੀ ਸ਼੍ਰੀਨਗਰ ਹੁੰਦੀ ਹੈ ਤੇ ਸਰਦੀਆਂ ਦੀ ਕੈਪੀਟਲ ਇਹਦੀ ਜੰਮੂ ਹੋ ਜਾਂਦੀ ਹੈ ਚਲੋ ਅਗਲਾ ਅਗਲਾ ਜੀ ਪ੍ਰੈਸ ٹرسٹ ਆਫ ਇੰਡੀਆ ਦੇ ਬੋਰਡ ਦੇ ਚੇਅਰਮੈਨ ਬਣ ਚੁੱਕੇ ਨੇ ਕੌਣ ਕੇ ਐਨ ਸ਼ਾਂਤ ਕੁਮਾਰ ਕੇ ਐਨ ਸ਼ਾਂਤ ਕੁਮਾਰ ਹੁਣ ਪੀਟੀਆਈ ਤੁਸੀਂ ਬਹੁਤ ਵਾਰ ਪੜਿਆ ਹੋਣਾ ਜਦੋਂ ਵੀ ਕੋਈ ਸਰਕਾਰੀ ਨਿਊਜ਼ ਆਉਂਦੀ ਹੈ ਜਿਆਦਾਤਰ ਮੋਸਟਲੀ ਥੱਲੇ ਲਿਖਿਆ ਹੁੰਦਾ ਪੀਟੀਆਈ ਰਿਪੋਰਟਡ ਪੀਟੀਆਈ ਰਿਪੋਰਟਡ ਇੱਕ ਏਐਨਆਈ ਹੁੰਦਾ ਏਸ਼ੀਅਨ ਨਿਊਜ਼ ਏਜੰਸੀ ਇੱਕ ਹੁੰਦਾ ਪੀਟੀਆਈ ਤਾਂ ਪੀਟੀਆਈ ਭਾਰਤ ਦੀ ਬਹੁਤ ਹੀ ਪੁਰਾਣੀ ਆ ਵੇਖੋ ਜੀ ਭਾਰਤ ਜਦੋਂ ਆਜ਼ਾਦ ਹੋਇਆ ਸੀ ਨਾ ਉਹ ਤੋਂ ਦੋ ਹਫ਼ਤੇ ਬਾਅਦ ਹੀ ਕਹਿੰਦੇ ਇਹਨਾਂ ਨੇ ਪੀਟੀਆਈ ਬਣਾਈ ਸੀਗੀ ਤੇ ਉਸ ਟਾਈਮ ਜਿੰਨੇ ਵੀ ਵੱਡੇ ਵੱਡੇ ਜੋ ਵੀ ਅਖਬਾਰ ਵਾਲੀ ਕੰਪਨੀਆਂ ਸੀਗੀਆਂ ਉਹਨਾਂ ਨੇ ਕਿ ਆਪਾਂ ਇਕੱਠੇ ਆਉਨੇ ਆ ਆਪਾਂ ਇਕੱਠੇ ਹੋ ਕੇ ਇੱਕ ਖੋਲਦੇ ਆ ਤਾਂ ਇਹਨਾਂ ਨੇ ਕੀ ਖੋਲਿਆ ਫਿਰ ਪ੍ਰੈਸ ਟਰਸਟ ਆਫ ਇੰਡੀਆ ਖੋਲਿਆ ਸੀਗਾ ਤਾਂ ਜੀ ਵੈਰੀ ਇੰਪੋਰਟੈਂਟ ਇਹਦੇ ਪ੍ਰਧਾਨ ਬਣ ਚੁੱਕੇ ਕੌਣ ਕੇ ਐਨ ਸ਼ਾਂਤ ਕੁਮਾਰ ਸਾਹਿਬ ਕੈਪੀਟਲ ਕਿਉਂ ਚੇਂਜ ਕਰਦੇ ਆ ਜੀ ਦੇਖੋ ਜੀ ਪਹਾੜਾਂ ਵਾਲੇ ਏਰੀਆ ਨੇ ਜਿਹੜੇ ਜਿੱਦਾਂ ਮੈਂ ਸਿਮਾਚਲ ਦੀ ਗੱਲ ਕਰਾਂ ਆਪਾਂ ਉੱਤਰਾਖੰਡ ਦੀ ਗੱਲ ਕਰੀਏ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਿੰਨਾਂ ਦੀ ਦੋ ਦੋ ਕੈਪੀਟਲਾਂ ਨੇ ਹਿਮਾਚਲ ਦੀ ਗੱਲ ਕਰੀਏ ਸਰਮਰ ਕੈਪੀਟਲ ਉਹਦੀ Shimla ਹੈ ਤੇ ਸਰਦੀਆਂ ਦੀ ਕੈਪੀਟਲ ਉਹਦੀ ਧਰਮਸ਼ਾਲਾ ਹੈ ਉੱਤਰਾਖੰਡ ਦੀ ਗੱਲ ਕਰੀਏ ਗਰਮੀਆਂ ਦੀ ਕੈਪੀਟਲ ਗਰਸੈਨ ਹੈ ਸਰਦੀਆਂ ਦੀ ਕੈਪੀਟਲ ਦੇਰਾਦੂਨ ਹੈ ਚੱਕਰ ਕੀ ਹੁੰਦਾ ਯਾਰ ਬਸ ਅਸੀਂ ਠੰਡੇ 'ਚ ਰਹਿਣਾ ਚਾਹੁੰਦੇ ਨੇ ਉਹੀ ਗੱਲ ਹੈ ਨਾ ਜਿੱਦੇ ਜੇ ਕੋਈ ਪਹਾੜੀ ਬੰਦੇ ਨੂੰ ਤੁਸੀਂ ਦਿੱਲੀ ਲਿਆਓ ਬੰਬਈ ਲਿਆਓ ਤਾਂ ਰਹਿਣਾ ਨਹੀਂ ਜਾਣਾ ਤਾ ਕਹਿੰਦੇ ਜੀ ਸ਼੍ਰੀਨਗਰ ਗਰਮੀਆਂ ਚ ਛੰਡਾ ਹੀ ਰਹਿੰਦਾ ਹੈ ਤਾਂ ਸ਼੍ਰੀਨਗਰ ਸਮਰ ਕੈਪੀਟਲ ਲੇਕਿਨ ਸਰਦੀਆਂ ਚ ਪੈ ਜਾਂਦੀ ਸ਼੍ਰੀਨਗਰ ਚ ਬਰਫ ਤੇ ਉੱਥੇ ਆਪਾਂ ਕਹਿੰਦੇ ਜੀ ਉਹ ਅਸੈਂਬਲੀ ਕਿੱਦਾਂ ਲਾਉਂਗੇ ਹੈ ਨਾ ਵਿਧਾਨ ਸਭਾ ਕਿੱਦਾਂ ਖੋਲੂਂਗੇ ਤਾਂ ਸਰਦੀਆਂ ਚ ਜੰਮੂ ਆ ਜਾਂਦੇ ਨੇ ਉਦਾਂ ਹੀ ਸ਼ਿਮਲਾ ਤੇ ਧਰਮਸ਼ਾਲਾ ਗਰਸੈਨ ਤੇ ਦੇਰਾ ਦੋਨ ਇਹ ਹਿਸਾਬ ਕਥਾ ਚੱਲਦਾ ਤਿੰਨੇ ਸਟੇਟਾਂ ਨੇ ਜਿਹੜੀਆਂ ਸਾਡੀਆਂ ਚਲੋ ਅਗਲਾ ਤਾਂ ਜੀ ਰੂਈ ਛਾਂਗ ਝਾਂਗ ਇਹਨੂੰ ਮਿਲਿਆ ਜੀ ਸ਼ਾਸਤਰ ਰਾਮਾਨੁਜਨ ਪ੍ਰਾਈਜ਼ ਇਨ ਮੈਥੈਮੈਟਿਕਸ ਇਹ ਸੁਣਿਆ ਤੁਸੀਂ ਰਾਮਾਨੁਜਨ ਬਾਰੇ ਨਾ ਸੁਣਿਆ ਰਾਮਾਨੁਜਨ ਪਿਕਚਰ ਬਹੁਤ ਬਣੀ ਹੈ ਇੰਡੀਆ ਵੱਲੋਂ ਬਹੁਤ ਹੀ ਤਕੜਾ ਇੱਕ ਵਿਦਵਾਨ ਸੀਗਾ ਮੈਥਮੈਟਿਕਸ ਦੇ ਵਿੱਚ ਕਹਿੰਦੇ ਗਣਿਤ ਤਾਂ ਕਹਿੰਦੇ ਐ ਬੜਦਾ ਸੀ ਜਿਵੇਂ ਕਣਕ ਵੱਢੀ ਦੀ ਹੈ ਸਿਰਫ 32 ਸਾਲਾਂ ਦੀ ਉਮਰ ਦੇ ਵਿੱਚ ਉਹਨੇ ਇੰਨਾ ਕੁਝ ਕਰਤਾ ਸੀਗਾ ਕਿ ਜਿਹੜੇ ਲੋਕ ਅੱਜ ਤੱਕ ਨਾ ਪੂਰੀ ਜ਼ਿੰਦਗੀ ਕੱਢਣ ਤੋਂ ਬਾਤ ਨਹੀਂ ਕਰ ਸਕ ਰਹੇ ਤਾਂ ਉਹਦੀ ਯਾਦ ਦੇ ਵਿੱਚ ਇੱਕ ਪੁਰਸਕਾਰ ਰੱਖਿਆ ਹੋਇਆ ਹੈ ਪੁਰਸਕਾਰ ਦਾ ਨਾਂ ਕੀ ਹੈ ਸ਼ਾਸਤਰ ਰਾਮਨੂਜਨ ਪ੍ਰਾਈ ਜਿਹੜਾ ਮੈਥਮੈਟਿਕਸ ਵਿੱਚ ਹੈ ਇਹਦੀ ਐਲੀਜੀਬਿਲਟੀ ਪਤਾ ਕੀ ਹੈ ਕਿ ਇਹ ਉਸ ਬੰਦੇ ਨੂੰ ਮਿਲੂਗਾ ਜਿਹਦੀ ਉਮਰ 32 ਸਾਲ ਤੋਂ ਘੱਟ ਹੈ ਤੇ ਉਹਨੇ 32 ਸਾਲ ਤੋਂ ਘੱਟ ਉਮਰ ਦੇ ਵਿੱਚ ਕੁਝ ਕੀਤਾ ਹੋਵੇ ਕਿਉਂਕਿ ਰਾਮਨੂਜਨ ਦਾ ਦੇਹਾਂਤ ਹੋ ਗਿਆ ਸੀਗਾ 32 ਸਾਲ ਦੀ ਉਮਰ ਦੇ ਵਿੱਚ ਤਾਂ ਇਹ ਪ੍ਰਾਈਜ਼ ਜੀਨੂੰ ਵੀ ਮਿਲਦਾ ਹੈ ਉਹ ਸਿਰਫ 32 ਸਾਲਾਂ ਤੱਕ ਘੱਟ-ਘੱਟ ਦਾ ਹੀ ਹੋਣਾ ਚਾਹੀਦਾ ਇਸ ਵਰ ਜੀ ਰੁਈਸ਼ਿਆਗ ਝਾਂਗ ਨੂੰ ਆਓ ਤਾਂ ਜੀ ਮੈਥਮੈਟੀਸ਼ੀਅਨ ਰੁਈਸ਼ਿਆਗ ਝਾਂਗ ਨੂੰ ਜਿਹੜਾ ਕਿ ਅਸਿਸਟੈਂਟ ਪ੍ਰੋਫੈਸਰ ਹੈ ਜੀ ਕੈਲੀਫੋਰਨੀਆ ਦੇ ਵਿੱਚ ਉਹਨੂੰ ਇਹ 2023 ਸ਼ਾਸਤਰ ਰੋਮਨ ਨੋਜਰਾਮਨ ਉਜਨ ਪ੍ਰਾਈਜ਼ ਮਿਲੂਗਾ ਇਹਨੇ ਨੰਬਰ ਥਿਊਰੀ ਵਿੱਚ ਕੁਝ ਕੀਤਾ ਪਤਾ ਨਹੀਂ ਕੀ ਕੀਤਾ ਤਾਂ ਪ੍ਰਾਈਜ਼ ਵਿੱਚ ਕੀ ਹੈ ਜੀ 10000 ਡਾਲਰ ਮਿਲਣਗੇ ਕਿਉਂ ਕਿੱਥੇ ਡਿਊਰਿੰਗ ਐਨ ਇੰਟਰਨੈਸ਼ਨਲ ਕਾਨਫਰੰਸ ਔਰ ਨੰਬਰ ਥਿਊਰੀ ਜਿਹੜੀ ਕਿੱਥੇ ਹੋ ਰਹੀ ਹੈ ਜਿਹੜੀ ਰਾਮਾ ਨੋਜਨ ਦਾ ਜਿਹੜਾ ਪਿੰਡ ਹੈ ਉੱਥੇ ਹੋ ਰਹੀ ਹੈ ਪਿੰਡ ਦਾ ਨਾਮ ਕੀ ਹੈ ਕੁੰਬਕੋਣਮ ਕਿੱਥੇ ਇਨ ਤਾਮਿਲਨਾਡੂ ਧਿਆਨ ਰੱਖਣੀ ਗੱਲ ਓਨਲੀ 32 ইয়ারਸ ਦੀ ਉਮਰ ਦੇ ਵਿੱਚ ਰਾਮਨ ਹੋ ਜਾਂਦੀ શ્રી ਨਿਵਾਸ ਰਾਮਨ ਹੋ ਜਾਂਦੀ ਡੈਥ ਹੋ ਗਈ ਸੀਗੀ ਤੇ ਬਹੁਤ ਹੀ ਚੋਟੀ ਦਾ ਮੈਥਮੈਟੀਸ਼ੀਅਨ ਸੀਗੇ ਮਤਲਬ ਅੱਗ ਕੱਢੀ ਹੋਈ ਸੀ ਇਹਨਾਂ ਨੇ ਬਜ਼ੁਰਗ ਬੁੱਢਾ ਬੁੱਢਿਆਂ ਦੇ ਜਿਹੜੇ ਯੂਕੇ ਯੂਐਸਏ ਵਾਲੇ ਸੀਗੇ ਤਾਂ 32 ਸਾਲ ਤੋਂ ਘੱਟ ਉਮਰ ਵਾਲਾ ਜਿਹੜਾ ਵੀ ਹੋਊਗਾ ਇਸ ਵਾਰ ਰੁਈ ਸ਼ਿਆਂਗ ਜਾਂਗ ਨੂੰ ਚੁਣਿਆ ਗਿਆ ਹੈ ਉਹਨੂੰ ਇਹ ਪ੍ਰਾਈਜ਼ ਦਿੱਤਾ ਜਾਂਦਾ ਹੈ ਕਿੱਥੇ ਦਿੱਤਾ ਜਾਊਗਾ ਉਹਦੇ ਪਿੰਡ ਵਿੱਚ ਕੁੰਬਾ ਕੋਨਮ ਜਿਹੜਾ ਪਿੰਡ ਹੈ ਤਾਮਿਲਨਾਡੂ ਵਿੱਚ ਉੱਥੇ ਦਿੱਤਾ ਜਾਊਗਾ ਇਹ ਪੁਰਸਕਾਰ 3rd ਵੀਕ ਆਫ ਡਿਸੰਬਰ ਚ ਅਗਲਾ بس ਉਹ ਹੀ ਮੈਂ ਜਿੱਦਾਂ ਗੱਲ ਕਹੀ 32 ਸਾਲ ਤੋਂ ਕੱਟ ਹੋਣੀ ਚਾਹੀਦੀ ਹੈ। ਲਓ ਵੀ ਫੇਰ ਸਰਦियां ਆ ਗਈਆਂ ਨੇ ਫੇਰ ਦਿੱਲੀ ਵਾਲੇ ਹੋ ਗਏ ਚਤਰ ਤਾਂ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਜੀ 15 ਪੁਆਇੰਟ ਵਿంటర్ ਐਕਸ਼ਨ ਪਲਾਨ ਕੱਢ ਰਹੇ ਆ ਵੀ ਕਹਿੰਦੇ ਜੀ 에ਅਰ ਪੋਲਿਊਸ਼ਨ ਨੂੰ ਕੰਬੈਟ ਕਰਨਾ ਬੜੀ ਹੱਸੀ ਆਉਂਦੀ ਆ ਯਾਰ ਪਹਿਲਾਂ ਜਦੋਂ ਕਾਂਗਰਸ ਸਰਕਾਰ ਹੁੰਦੀ ਸੀਗੀ ਪੰਜਾਬ 'ਚ ਉਹਦੇ ਕਹਿੰਦੇ ਜੀ ਪਰਾਲੀ ਜਲਾ ਰਹੇ ਹੈ ਦਿੱਲੀ 'ਮੇਂ ਧੂਆਾ ਰਹਾ ਹੈ ਪਰਾਲੀ ਜਲਾ ਰਹੇ ਹੈ ਦਿੱਲੀ ਪ੍ਰਦੂਸ਼ਿਤ ਹੋ ਰਹਾ ਹੈ ਪਰਾਲੀ ਜਲਾ ਰਹੇ ਹੈ ਅਲੇ ਪਰਾਲੀ ਜਲਾ ਰਹੇ ਹੈ ਹੁਣ ਜਦੋਂ ਆਪ ਸਰਕਾਰ ਆ ਗਈ ਹੁਣ ਪ੍ਰਾਲੀ ਨੂੰ ਜਲਦੀ ਜਿੱਦਾਂ ਹੈ ਕਹਿੰਦੇ ਜਿਹੜੀ ਤੁਸੀਂ ਫੈਕਟਰੀਆਂ ਲਾਈਆ ਹੋਈਆਂ ਨੇ ਜਿਹੜੀ ਹੈਗੀ ਆ ਨਾ ਉਹ ਪ੍ਰਾਲੀ ਨੂੰ ਗੋਲਾ ਜਿਹਾ ਬਣਾ ਦਿੰਦੀ ਹੁੰਦੀ ਹੈ ਕਿੰਨੇ ਕਿੰਨੇ ਦਿਨ ਦੀ ਵੇਟਿੰਗ ਹੈ ਤੁਸੀਂ ਚੈੱਕ ਕੇ ਲੈ ਕੇ ਨਹੀਂ ਜਾਂਦੇ ਪਹੁੰਚੇ ਵੀ ਜਲ ਰਹੀਆਂ ਨੇ ਪ੍ਰਾਲੀਆਂ ਤਾਂ ਜਲਣ ਗਿਆ ਪ੍ਰਾਲੀਆਂ ਹਜੇ ਵੀ ਫਿਰ ਹੁਣ ਨਹੀਂ ਲੇਕਿਨ ਚੁੱਕ ਕਰੋਗਾ ਕਿਉਂ ਕਿ ਹੁਣ ਦੂਨੇ ਪਾਸੇ ਸੇਮ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਦੋਂ ਦੋਨੇ ਪਾਸੇ ਸੇਮ ਪਾਰਟੀਆਂ ਹੁਣ ਦੇਖੋ ਸਿੱਧੀ ਜੀ ਗੱਲ ਹੈ ਹੁਣ ਸੈਂਟਰ 'ਚ ਜੇ ਬੀਜੇਪੀ ਹੈ ਹੋਰ ਕਿਤੇ ਬੀਜੇਪੀ ਜਦੋਂ ਦੋਨੇ ਥਾਂ ਤੇ ਬੀਜੇਪੀ ਹੋਵੇ ਤਾਂ ਨਹੀਂ ਆਪ ਕਰ ਸਕਦੇ ਹੁਣ ਸੈਂਟਰ 'ਚ ਹੈ ਬੀਜੇਪੀ West Bengal 'ਚ ਹੈ ਆ ਕੀਰਨਾ ਤ੍ਰਿਨਮੂਲ ਕਾਂਗਰਸ ਹੁਣ ਸਮਝ ਰੋ ਗੱਲ ਹੈਨਾ ਚਲੋ ਉਹੀ ਗੱਲ ਹੁੰਦੀ ਯਾਰ ਜਦੋਂ ਮਤਲਬ ਬਜਾਕ ਨਹੀਂ ਲੱਗਦਾ ਤੁਹਾਨੂੰ 2 ਸਾਲ ਪਹਿਲਾਂ ਪੰਜਾਬ ਤੋਂ ਪਰਾਲੀ ਦਾ ਧੂੰਆਂ ਆ ਰਿਹਾ ਸੀਗਾ ਹੈਨਾ ਹੁਣ ਪਰਾਲੀ ਖਤਮ ਹੋ ਗਈ ਜਿੱਦਾਂ ਉਹ ਕੰਮ ਹੈ ਜੀ ਚਲ ਦੇਖੋ ਜੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 15 ਨੁਕਾਤੀ ਮਰਦ ਸਰਦ ਰੁਤ ਕਾਰਜ ਯੋਜਨਾ ਦਾ ਐਲਾਨ ਕੀਤਾ ਹੈ ਇਹਦੇ ਅੰਦਰ ਕਹਿੰਦੇ ਜੀ 800 ਇਲੈਕਟ੍ਰੀਕਲ ਬਸਾਂ ਚਲਾਵਾਂਗੇ ਕਹਿੰਦੇ ਦਰਖਤ ਲਾਏ ਜਾਣਗੇ ਪੋਲੂਸ਼ਨ ਜਿਹੜੇ ਹੌਟਸਪੌਟ ਨੇ ਉੱਥੇ ਕਹਿੰਦੇ ਜੀ ਉਹ ਲਾ ਦੂਗਾ স্মੋਗ ਗਨ ਗਨ ਲਾ ਦਿੰਦੇ ਆ ਹਵਾ ਚ ਮੌਇਸਚਰ ਜਾਵੇ ਦੇਖੋ ਜੀ ਪਤਾ ਚੱਕਰ ਕੀ ਹੈ ਦਿੱਲੀ ਦਾ ਜਿਹੜਾ ਨਾ ਯਾਰ ਇਸ ਟਾਈਮ ਤੇ ਜਿਹੜੀ ਹਵਾਵਾਂ ਹੁੰਦੀਆਂ ਨੇ ਨਾ ਦਿੱਲੀ ਇੱਕ ਤਰ੍ਹਾਂ ਨਾਲ ਨਾ ਬਲੌਕ ਹੋ ਜਾਂਦਾ ਹੈ ਦਿੱਲੀ ਨੇ ਚੈਂਬਰ ਬਣ ਜਾਂਦਾ ਹੈ ਤਾਂ ਹੀ ਜਿਹੜੀ ਹਵਾ ਅੰਦਰ ਵੜ ਗਈ ਬਾਹਰ ਜਾਂਦੀ ਨਹੀਂ ਇਹ ਹੋ ਜਾਂਦਾ ਹਸਾਬ ਕਿਤਾਬ ਹੁੰਦਾ ਚਲੋ ਨਹੀਂ ਜੀ ਇਦਾਂ ਹੀ ਆ ਦੂਜੀ ਪਾਰਟੀ ਹਮੇਸ਼ਾ ਗਲਤੀ ਹੁੰਦੀ ਹੈ ਨਹੀਂ ਯਾਰ ਇੱਕ ਇੱਕ ਬਾਤ ਗੱਲ ਬਹੁਤ ਵਧੀਆ ਲੱਗੀ ਸਵਾਰਿਆ ਜਿਹੜਾ ਔਮਨ ਰਿਜ਼ਰਵੇਸ਼ਨ ਬਿੱਲ ਆਇਆ ਕਿਸੇ ਨੇ ਵੀ ਉਹਨੂੰ ਆਪੋਜ਼ ਨਹੀਂ ਕੀਤਾ ਦੋ ਜਣੇ ਸੀਗੇ ਉਹ ਐਸਸੀ ਦੀ ਪਾਰਟੀ ਵਾਲੇ ਏਆਈਐਮਆਈਐਮ ਵਾਲੇ ਸਿਰਫ ਦੋ ਜਣੇ ਆ ਉਹਨਾਂ ਨੇ ਆਪੋਜ਼ ਕੀਤਾ ਬਾਕੀ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਸਭ ਨੇ ਉਹਦਾ ਸਮਰਥਨ ਕੀਤਾ ਤੇ ਬਣਦਾ ਵੀ ਸੀ ਪਰ ਜਿਹੜੀ ਚੀਜ਼ ਚੰਗੀ ਹੈ ਨਾ ਯਾਰ ਜ਼ਰੂਰੀ ਨਹੀਂ ਨਾ ਉਹਦੇ ਵਿੱਚ ਨੁਕਸ ਕੱਢੋ ਹੁਣ ਔਰਤਾਂ ਨੂੰ ਰਿਜ਼ਰਵੇਸ਼ਨ ਦੀ ਨੀਡ ਹੈ ਤਾਂ ਦਿੱਤੀ ਗਈ ਹੈ ਬੜ ਕਮਾਲ ਦੀ ਗੱਲ ਸੁਣੋਗੇ ਔਰ ਔਰ ਤਨਰ ਰਿਜ਼ਰਵੇਸ਼ਨ ਪਤਾ ਕਦੋਂ ਤੋਂ ਮਿਲੂਗੀ ਅਗਲੇ ਸਾਲ ਨਹੀਂ 2029 ਤੋਂ ਮਿਲੂਗੀ ਪਤਾ ਤੁਹਾਨੂੰ ਇਹ ਗੱਲ ਜਿਹੜੀ ਕੁੜੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਹੈ ਲੋਕ ਸਭਾ ਦੇ ਵਿੱਚ 33% ਉਹ 2029 ਤੋਂ ਮਿਲੂਗੀ ਅਗਲੇ ਸਾਲ ਤੋਂ ਨਹੀਂ ਮਿਲੂਗੀ ਤਾਂ ਜੀ ਬੇਸਿਕ ਲਾਈਨਾਂ ਦਿਆਂ ਤਾਂ ਜੀ ਅਰਵਿੰਦ ਕੇਜਰੀਵਾਲ ਨਾਂ ਕੀ ਭਾਜੀ ਦਾ ਪਤਾ ਹੈ ਕਿ ਤੁਹਾਨੂੰ ਇਹਨਾਂ ਦੇ ਲੈਫਟਨੈਂਟ ਗਵਰਨਰ ਦਾ ਨਾਂ ਕੀ ਹੈ हां बच्चे लुधियाना से आ रहे हैं ता जिने जिने आना है वीडियो दे जिथे ਤੁਸੀਂ ਚੈਟ ਕਰ ਰਹੇ ਹੋ ਉੱਥੇ ਟੌਪ ਤੇ ਦੇਖੋ ਨੀਲੇ ਰੰਗ ਦੀ ਪੱਟੀ ਲੱਗੀ ਹੋਈ ਹੈ ਲਿਖਿਆ ਹੋਗਾ ਕੈਰੀਅਰ ਗਾਈਡੈਂਸ ਸੈਮੀਨਾਰ ਰਜਿਸਟ੍ਰੇਸ਼ਨ ਆਦਾਂ ਕਰਕੇ ਕਿ ਲਿੰਕ ਲੱਗਾ ਹੈ ਉਸ ਲਿੰਕ ਤੇ ਕਲਿੱਕ ਕਰਿਓ ਤੇ ਆਪਣੇ ਆਪ ਰਜਿਸਟਰ ਹੋ ਜਾਊਗਾ ਤੁਹਾਨੂੰ ਆਪਣਾ ਪਤਾ ਲੱਗ ਜਾਊਗਾ ਜਿਹੜੇ ਰਿਕਾਰਡਡ ਦੇਖ ਰਹੇ ਨੇ ਵੀਡੀਓ ਦੇ ਕਮੈਂਟਾਂ ਚ ਚੈੱਕ ਕਰਿਓ ਕਮੈਂਟਾਂ ਚ ਸੇਮ ਲਿੰਕ ਲੱਗਾ ਹੋਊਗਾ ਬਸ ਕਲਿੱਕ ਜ਼ਰੂਰ ਕਰਦੇ ਹੋ ਪਲੀਜ਼ ਸਾਡੇ ਲਈ ਤੁਹਾਡੇ ਲਈ ਕਿਉਂਕਿ ਯਾਰ ਬੱਚੇ ਬਹੁਤ ਜ਼ਿਆਦਾ ਆ ਜਾਂਦੇ ਨੇ ਪਿਛਲੀ ਵਾਰ ਹੋਇਆ ਯਾਰ ਅਸੀਂ ਖਾਣ ਪੀਣ ਦਾ ਸਮਾਨ ਘੱਟ ਲੈ ਕੇ ਗਏ ਸੀਗੇ ਜ ਬੜਾ ਬੁਰਾ ਲੱਗਦਾ ਜੇ ਜੋ ਬੱਚੇ ਕਹਿੰਦੇ ਸਰ ਕੁਝ 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 ਵੀ ਨਹੀਂ ਦਿੰਦਾ ਸਾਨੂੰ ਮਿਲਾਂ ਨਹੀਂ ਤੁਹਾਨੂੰ ਕੁਝ ਵੀ ਤਾਂ ਪਲੀਜ਼ ਇਹ ਕਰ ਦਿਓ ਤਾਂ ਨਾਂ ਨਹੀਂ ਦੱਸਿਆ ਤਾਂ ਕਿਸੇ ਦਾ ਵਿਨੇ ਕੁਮਾਰ ਸਖਸੈਨਾ ਠੀਕ ਹੈ ਇਹਨਾਂ ਦਾ ਨਾਂ ਹੈ ਜੀ ਵਿਨੇ ਕੁਮਾਰ ਸਖਸੈਨਾ ਇਹਨਾਂ ਦਾ ਨਾਂ ਹੈ ਜੀ ਵਿਨੇ ਕੁਮਾਰ ਸਖਸੈਨਾ ਗੱਲ ਰੱਖਣੀ ਹੈ ਧਿਆਨ ਅਸੀਂ ਵਿਨੇ ਕੁਮਾਰ ਸਖਸੈਨਾ ਚਲੋ ਅਗਲਾ ਇੰਟਰਨੈਸ਼ਨਲ ਡੇ ਆਫ ਬਜ਼ੁਰਗਾਂ ਦਾ 1 ਅਕਤੂਬਰ ਨੂੰ ਸੀਗਾ ਜੀ ਇੰਟਰਨੈਸ਼ਨਲ ਡੇ ਆਫ ਬਜ਼ੁਰਗਾਂ ਦਾ ਵੀ ਬਜ਼ੁਰਗ ਸਾਡੇ ਲਈ ਬਹੁਤ ਜ਼ਰੂਰੀ ਨੇ ਬਜ਼ੁਰਗਾਂ ਕੋਲ ਐਕਸਪੀਰੀਅੰਸ ਹੁੰਦਾ ਹੈ ਦੇਖੋ ਬੇਸਿਕ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਵੀ ਜ਼ਿਆਦਾ ਟਾਈਮ ਲਾਣ ਦੀ ਲੋੜ ਨਹੀਂ ਹੁੰਦੀ ਸੋਨੂੰ ਵੀ ਮੈਂ ਇਹੀ ਕਹਿਣਾ ਜਦੋਂ 셀ਫ ਸਟੱਡੀ ਕਰੋ ਤਾਂ ਇਹੋ ਜੀ ਚੀਜ਼ ਦੇਖ ਕੇ ਨਾ ਬਸ ਇੱਕ ਵਾਰ ਪੜ੍ਹ ਲਿਆ ਕਰੋ ਬਜ਼ੁਰਗਾਂ ਲਈ ਦਿਨ ਹੈ 1 ਅਕਤੂਬਰ ਯਾਦ ਕਿਦਾਂ ਰਹਿ ਸਕਦੇ ਆ 2 ਅਕਤੂਬਰ ਗਾਂਧੀ ਜਨਮ ਦਿਨ ਗਾਂਧੀ ਜਨਮ ਦਿਨ ਗਾਂਧੀ ਜੀ ਕੌਣ ਸੀਗੇ ਬਜ਼ੁਰਗ ਸੀਗੇ ਤਾਂ ਪਹਿਲਾਂ ਗਾਂਧੀ ਜੀ ਬਜ਼ੁਰਗ ਹੈ ਫਿਰ ਗਾਂਧੀ ਜ ਦੇਖੋ ਇਨ ਦੀ ਐਂਡ ਪੇਪਰ 'ਚ ਆਪਾਂ ਗੋਲਾ ਭਰ ਕੇ ਆਣਾ ਪੇਪਰ 'ਚ ਕੋਈ ਨਹੀਂ ਪੁੱਛੂਗਾ ਤੈਨੂੰ ਇਹ ਸਵਾਲ ਕਿੱਦਾਂ yaad ਸੀਗਾ ਦੱਸ ਸੋਟਾ ਲੈ ਕੇ ਹੱਥ 'ਚ ਲੈ ਕੇ ਕੋਈ ਨਹੀਂ ਕਹੂਗਾ ਫਿਰ yaad ਕਰੋ ਗਾਂਧੀ ਜੀ ਪਹਿਲਾਂ ਬਜ਼ੁਰਗ ਹੋਗੇ ਫਿਰ ਗਾਂਧੀ ਜੀ ਪੈਦਾ ਹੋਗੇ 1 ਅਕਤੂਬਰ 2 ਅਕਤੂਬਰ ਐਦਾਂ ਠੀਕ ਹੈ ਹਲੋ ਤਾਂ ਜੀ ਜਵਾਬ ਇਹਦਾ ਇੱਕ ਇੱਕ ਤੋਂ ਜਵਾਬ ਕੀ ਸਵਾਲੀਆ ਇਹਦੀ ਥੀਮ ਹੈ ਜੀ ਫੁੱਲਫਿਲਿੰਗ ਦਾ ਪ੍ਰੋਮਿਸਿਸ ਆਫ ਦਾ ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟ ਫਾਰ 올ਡਰ ਪਰਸਨ ਵਾਹੇ ਗੁਰੂ ਵਾਹੇ ਗੁਰੂ ਬੜੀ ਵੱਡੀ ਜੀ ਥੀਮ ਹੈ ਅਗਲਾ ਤੇ ਉਦੋਂ ਹੀ 2 ਅਕਤੂਬਰ ਨੂੰ ਗਾਂਧੀ ਜਨਮ ਦਿਨ ਵਾਲੇ ਦਿਨ ਇਹ ਹੁੰਦਾ ਹੈ ਇੰਟਰਨੈਸ਼ਨਲ ਡੇ ਆਫ ਨਾਨ ਵਾਇਲੈਂਸ ਯਾਨੀ ਕਿ ਅੰਤਰਰਾਸ਼ਟਰੀ ਅਹਿੰਸਾ ਦਾ ਦਿਵਸ ਹੁੰਦਾ ਹੈ ਜੀ ਬਹੁਤ ਇੰਪੋਰਟੈਂਟ ਹੈ ਸਿੱਧੀ ਜੀ ਗੱਲ ਹੈ ਗਾਂਧੀ ਜੀ ਦਾ ਬਰਥਡੇ ਆ ਅਹਿੰਸਾ ਹੀ ਯਾਦ ਆਉਂਦੀ ਹੈ ਸਾਰਿਆਂ ਦੇ ਮਨਾਂ 'ਚ ਹੈ ਨਾ ਅਹਿੰਸਾ ਤੇ ਤੀਜਾ ਸੀਗਾ ਉਸ ਦਿਨ ਵਰਲਡ ਹੈਬਿਟੈਟ ਡੇ ਕਿਹੜਾ ਵਰਲਡ ਹੈਬਿਟੈਟ ਡੇ ਵੀ ਜਿਹੜਾ ਸਾਡਾ ਹੈਬਿਟੈਟ ਉਹਦੇ ਵਿੱਚ ਸਾਰਿਆਂ ਨੂੰ ਰੱਖਣਾ ਜੀਣਾ ਚਾਹੀਦਾ ਤਾਂ ਵਰਲਡ ਹੈਬਿਟੈਟ ਡੇ ਪਹਿਲੇ ਸੋਮਵਾਰ ਅਕਤੂਬਰ ਤੇ ਮਨਾਇਆ ਜਾਂਦਾ ਹੈ ਇੱਕ ਗਲੋਬਲ ਪਲੈਟਫਾਰਮ ਹੈ ਵੀ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਤੁਹਾਡਾ ਵਧੀਆ এনवायरमेंट ਹੋਵੇ ਰਹਿਣਯੋਗ ਥਾਂ ਹੋਵੇ ਉਹ ਤੁਹਾਡਾ ਹੱਕ ਹੈ ਠੀਕ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਬੇਸਿਕ ਜੀ ਗੱਲ ਹੈ ਆਸ-ਪਾਸ ਤੁਹਾਡਾ ਵਧੀਆ ਹੋਵੇ ਤੁਸੀਂ ਰਹਿਣਯੋਗੇ ਹੁਣ ਉਹ ਸਾਰਾ ਤਾਂ ਵਰਲਡ ਹੈਬਿਟੈਟ ਡੇ ਸੀਗਾ 2 ਅਕਤੂਬਰ 2 ਅਕਤੂਬਰ ਨੂੰ ਕੀ ਕੁਝ ਹੋ ਗਿਆ ਨਾਨ ਵਾਇਲੈਂਸ ਡੇ ਵਰਲਡ ਹੈਬਿਟੈਟ ਡੇ ਤੇ ਇੱਕ ਹੋਰ ਸੀਗਾ ਉਹ ਦਿਨ ਯਾਦ ਆ ਕਿਸੇ ਨੂੰ ਹਾਂ ਸੇ ਨੋ ਟੂ ਐਲਕੋਹਲ ਡੇ ਬਿਲਕੁਲ ਬਿਲਕੁਲ ਸ਼ਰਾਬ ਨੂੰ ਨਾ ਕਹਿਣ ਵਾਲਾ ਦਿਨ ਵੀ ਸੀਗਾ ਸੇ ਨੋ ਟੂ ਐਲਕੋਹਲ ਡੇ ਵੀ ਸੀਗਾ 2 ਅਕਤੂਬਰ ਨੂੰ ਧਿਆਨ ਰੱਖਣਾ ਕਹਿੰਦੇ ਸਰ ਉਹ ਤਾਂ ਪਤਾ ਹੀ ਐ ਸਰ ਵੈਸੇ ਵੀ ਸਰ ਡਰਾਈ ਡੇ ਹੁੰਦਾ ਉਸ ਦਿਨ ਤਾਂ ਸਾਰੇ ਠੇਕੇ ਵੀ ਨਹੀਂ ਖੁੱਲਦੇ ਲੇਕਿਨ ਉਸ ਦਿਨ ਬਿਲਕੁਲ ਹੀ ਬੰਦ ਹੁੰਦੇ ਨੇ ਜਿੱਦਾਂ 15 ਅਗਸਤ ਤੇ 26 ਜਨਵਰੀ ਤੁਸੀਂ ਦੇਖਿਆ ਹੋਣਾ ਠੇਕੇ ਮੋਸਟਲੀ ਕਹਿੰਦੇ ਸ਼ਾਮਾਂ ਨੂੰ ਖੁੱਲ ਜਾਂਦੇ ਨੇ ਮੇਰੇ ਯਾਰ ਬੈਲੀ ਆਏਗਾ ਅਸੀਂ ਬੈਠੇ ਘਰੇ ਤਾ ਕੋਮ ਗਿਆ ਹੋ ਕਹਿੰਦਾ ਯਾਰ ਸ਼ਰਾਬ ਨਹੀਂ ਮਿਲੀ ਅਭ ਕੀ ਹੋ ਗਿਆ ਮੇਗਾ ਕੀ ਹੋ ਗਿਆ ਕਹਿੰਦਾ 2 ਅਕਤੂਬਰ ਹੈ ਮੈਂ ਕਹਾ ਓਹ ਹੋ ਹੋ ਫਿਰ ਉਹਨੇ ਇੱਕ ਵਾਰ ਦੱਸਿਆ ਸਾਨੂੰ ਕਹਿੰਦਾ ਵੀ ਯਾਰ 15 ਅਗਸਤ ਵਾਲੇ ਦਿਨ ਆ ਹੁੰਦਾ ਵੀ ਦਿਨੇ ਠੇਕੇ ਬੰਦ ਹੁੰਦੇ ਨੇ ਤੇ ਸ਼ਾਮ ਨੂੰ ਸੇ 6:30 ਵਜੇ ਖੁੱਲ ਜਾਂਦੇ ਮੈਂ ਕਹਾ ਸ਼ਾਮ ਹੀ ਲੈ ਕੇ ਆ ਜੀ ਕਹਿੰਦਾ ਨਹੀਂ ਯਾਰ 2 ਅਕਤੂਬਰ ਨੂੰ ਖੁੱਲਦਾ ਹੀ ਨਹੀਂ ਸਾਰਾ ਦਿਨ ਮੇਰਾ ਇਹ ਕੀ ਕੰਦਨੀ ਆ ਸਾਡੇ ਨਾਲ ਹੋ ਚੁੱਕਾ ਕਹਿੰਦੇ 15 ਅਗਸਤ ਤੇ 26 ਜਨਵਰੀ ਨੂੰ ਸ਼ਾਮ ਨੂੰ ਠੇਕੇ ਖੋਲ ਦਿੰਦੇ ਨੇ 2 ਅਕਤੂਬਰ ਨੂੰ ਸਾਰੇ ਦਿਨ ਬੰਦ ਹੁੰਦੇ ਨੇ ਮੈਂ ਕਹਾ ਇਹ ਹੁੰਦਾ ਹੈ ਐਕਸਪੀਰੀਅੰਸ ਤਾਂ 2 ਅਕਤੂਬਰ ਤਿੰਨ ਤੀਜਾ ਯਾਦ ਰੱਖਣੀ ਹੁਣ ਨਾਨ ਵਾਇਲੈਂਸ ਡੇ ਹੈ ਵਰਲਡ ਹੈਬਿਟੈਟ ਡੇ ਹੈ ਤੀਜਾ ਸੇ ਨੋ ਟੂ ਐਲਕੋਹਲ ਡੇ ਹੈ ਧਿਆਨ ਰੱਖਣਾ ਹੈ ਜੀ ਹੈਨਾ ਮੈਂ ਕਹਾ ਇਹ ਹੁੰਦਾ ਹੈ ਭਾਜੀ ਐਕਸਪੀਰੀਅੰਸ ਕਿ ਨਹੀਂ ਜੀ ਉਦੋਂ ਸਾਰਾ ਦਿਨ ਹੀ ਬੰਦ ਹੁੰਦੇ ਨੇ ਚਲੋ ਜਦੋਂ ਬੰਦਾ ਸੈੱਟ ਹੋ ਜਾਂਦਾ ਇੱਕ ਟਾਈਮ ਤੇ ਤਾਂ ਨੋ ਕਹਿ ਕੇ ਨੋ ਕਹਿ ਹੀ ਦਿੰਦਾ ਪੈਗ ਨੂੰ ਮਤਲਬ ਸੈੱਟ ਹੋ ਕੇ ਫਿਰ ਨੋ ਟੂ ਐਲਕੋਹਲ ਚਲੋ ਤਾਂ ਜੀ ਏਸ਼ੀਅਨ ਗੇਮਸ ਦੀ ਗੱਲ ਕਰਦਾ ਜੀ ਹੁਣ ਤਾਂ ਬਹੁਤ سارے 골ਡ ਮੈਡਲ ਆ ਗਏ ਹੁਣ ਟਰੈਕ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਜੀ ਚਲੋ ਪੜਦੇ ਆ ਫੇਰ ਵੀ ਤਾਂ ਜੀ ਸਾਡੇ ਇੱਕ ਆਰਮੀ ਦੇ ਬੰਦੇ ਨੇ ਜੀ ਆਰਮੀ ਆਫਸਰ ਨੇ ਸਾਡੇ ਅਵਿਨਾਸ਼ ਸਾਹਵਲੇ ਜੀ ਇਹ ਜਿੱਤ ਚੁੱਕੇ ਨੇ ਜੀ 골ਡ ਮੈਡਲ ਇਨ 300 ਮੀਟਰ ਸਟਿਪ 3000 ਮੀਟਰ ਸਟਿਪਲ ਚੇਜ਼ ਇੱਕ ਸਟਿਪਲ ਚੇਜ਼ ਇਵੈਂਟ ਹੁੰਦਾ ਹੈ ਮਤਲਬ ਵਿਚ ਵਿਚ ਕੁਝ ਕੁਝ ਹਰਡਲ ਆਂਦੀਆਂ ਨੇ ਛਾਲ ਮਾਰੋ ਛਾਲ ਮਾਰ ਕੇ ਥੱਲੇ ਪਾਣੀ ਹੈ ਮਤਲਬ ਇਹੋ ਜਿਹਾ ਇੱਕ ਇਵੈਂਟ ਹੈ ਤਕੜਾ ਜਿਹਾ ਤਾਂ ਅਵਿਨਾਸ਼ ਸਾਬਲੇ ਹੈ ਜਿਹੜੇ ਮਹਾਰਾਸ਼ਟਰ ਤੋਂ ਨਾਮ ਤੋਂ ਕਲੀਅਰ ਹੋਣਾ ਤਾਂ ਜੀ 3000 ਮੀਟਰ ਸਟਿਪਲ ਚੇਜ਼ ਵਿੱਚ 골ਡ ਮੈਡਲ ਲੈ ਚੁੱਕੇ ਨੇ ਅਗਲਾ ਮੋਗੇ ਦਾ ਆਪਣਾ ਤਜਿੰਦਰਪਾਲ ਸਿੰਘ ਤੂਰ ਇਨੇ ਸ਼ਾਰਟ ਪੁੱਟ ਤੇ 골ਡ ਮੈਡਲ ਜਿੱਤ ਲਿਆ ਤੇ ਪਿਛਲੇ ਵਾਰ ਵੀ ਯਾਨੀ ਕਿ 2018 ਚ ਵੀ ਜਿਹੜਾ ਸੀਗਾ ਉਹਦੇ ਜੀ ਵੀ 골ਡ ਮੈਡਲ ਲਿਆਏ ਸੀਗਾ ਤੇ ਇਸ ਵਾਰ ਦੁਬਾਰੇ ਆਪਣੇ ਇਵੈਂਟ ਚ 골ਡ ਮੈਡਲ ਲੈ ਲਿਆ ਯਾਨੀ ਕਿ ਡਿਫੈਂਡਿੰਗ ਚੈਂਪੀਅਨ ਜਿਹਨੂੰ ਕਿਹਾ ਜਾਂਦਾ ਹੈ ਉਹ ਨੇ ਤਜਿੰਦਰਪਾਲ ਸਿੰਘ ਤੌਰ ਆ ਪੜੋ ਤਾਂ ਇਹ ਤਜਿੰਦਰਪਾਲ ਸਿੰਘ ਤੌਰ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲਾ ਚੌਥਾ ਭਾਰਤੀ ਸ਼ਾਰਟ ਪੁੱਟਰ ਬਣ ਗਿਆ ਹੈ ਜਿਸ ਨੇ ਪ੍ਰਦੀਮਨ ਸਿੰਘ ਬਰਾੜ, ਜੁਗਿੰਦਰ ਸਿੰਘ ਅਤੇ ਬਹਾਦਰ ਸਿੰਘ ਚੋਹਾਨ ਦਾ ਇਹ ਜਿਹੜੀ ਇੱਕ ਕੀਰਤੀਮਾਨ ਸੀਗਾ ਉਹਨੂੰ ਇਕੁਅਲ ਕਰਤਾ ਹੈ ਮਤਲਬ ਕਿ ਹੁਣ ਚੌਥਾ ਬੰਦਾ ਬਣ ਚੁੱਕਿਆ ਚੌਥਾ ਸ਼ਾਰਟ ਪੁੱਟਰ ਬਣ ਚੁੱਕਿਆ ਹੈ ਭਾਰਤ ਵੱਲੋਂ ਜਿਹਨੇ ਪਿਛਲੀ ਵਾਰ ਵੀ 골ਡ ਮੈਡਲ ਜਿੱਤਿਆ ਅਗਲੀ ਵਾਰ ਵੀ 골ਡ ਮੈਡਲ ਜਿੱਤਿਆ ਮਤਲਬ ਲਗਾਤਾਰ ਦੋ 골ਡ ਮੈਡਲ ਜਿੱਤਣ ਵਾਲਾ ਚੌਥਾ ਭਾਰਤੀ ਸ਼ਾਰਟ ਪੁੱਟਰ ਬਣ ਚੁੱਕਿਆ ਹੈ ਤਜਿੰਦਰਪਾਲ ਸਿੰਘ ਤੂਰ ਪੇਪਰ 'ਚ ਸਵਾਲ ਕੀ ਆਉ ਕਿੱਥੋਂ ਬਿਲੋਂਗ ਕਰਦਾ ਹੈ ਮੋਗੇ ਤੋਂ ਤਾਂ ਜੀ ਇਹ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਤਾਰੀਫ ਇਹ ਬਹੁਤ ਹੀ ਵਧੀਆ ਗੱਲ ਮੈਨੂੰ ਬੜੀ ਖੁਸ਼ੀ ਹੋਈ ਕਹਿੰਦੇ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ ਸ਼ਾਰਟ ਪੁੱਟ ਦੇ ਇਤਿਹਾਸ ਵਿੱਚ ਭਾਰਤ ਸਭ ਤੋਂ ਸਫਲ ਦੇਸ਼ ਹੋਣ ਦਾ ਮਾਣ ਰੱਖਦਾ ਹੈ ਜਿਸ ਨੇ ਖੇਡਾਂ ਦੇ ਪਿਛਲੇ 18 ਐਡੀਸ਼ਨਾਂ ਵਿੱਚ ਇਸ ਮੁਕਾਬਲੇ ਵਿੱਚ ਕੁੱਲ 9 ਸੋਨੇ ਦੇ ਤਗਮੇ ਜਿੱਤੇ ਹਨ ਯਾਨੀ ਕਿ 18 ਵਾਰ ਟੂਰਨਾਮੈਂਟ ਹੋਇਆ 9 ਵਾਰ ਭਾਰਤ 골ਡ ਮੈਡਲ ਲੈ ਕੇ ਆਇਆ ਤਾਂ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਧਿਆਨ ਰੱਖਣੀ ਗੱਲ ਅਗਲਾ ਹੁਣ ਏਸ਼ੀਅਨ ਗੇਮਸ ਦੀ ਗੱਲ ਕਰੀਏ ਤਾਂ ਜੀ ਸ਼ੂਟਰ ਨੇ ਪ੍ਰਿਥਵੀ ਰਾਜ ਟੋਂਡੇਮਨ ਕਿਆਨ ਚੇਨਈ ਜ਼ੁਰਾਵਰ ਸਿੰਘ ਸੰਧੂ ਇਹਨਾਂ ਨੇ ਵੀ ਮੁੰਡਿਆਂ ਦੇ ਟਰੈਪ ਇਵੈਂਟ ਦੇ ਵਿੱਚ ਜਿੱਤ ਲਿਆ ਹੁਣ ਟਰੈਪ ਕੀ ਹੁੰਦਾ ਪਤਾ ਕੀ ਹੁੰਦਾ ਤੁਹਾਡੇ ਕੋਲ ਵੱਡੀ ਜੀ ਬੰਦੂਕ ਹੁੰਦੀ ਹੈ ਤਾਂ ਨਾ ਦੋ ਸ਼ੁੱਕ ਸ਼ੁੱਕ ਕਰਕੇ ਅੰਦਰ ਜਾਂਦੀਆਂ ਦੋ ਚੀਜ਼ਾਂ ਜੀਆਂ ਤੇ ਉਹਨੂੰ ਠਾ ਤੇ ਠਾ ਕਰਨਾ ਪੈਂਦਾ ਹਵਾ 'ਚ ਉਹਨੂੰ ਕਿਹਾ ਜਾਂਦਾ ਹੈ ਟਰੈਪ ਇਵੈਂਟ ਉਹਨੂੰ ਕਿਹਾ ਜਾਂਦਾ ਹੈ ਕਿ ਟਰੈਪ ਇਵੈਂਟ ਇਹੋ ਜਿਹਾ ਕੁਝ ਕਹਿੰਦੇ ਇਹ ਹਵਾ ਚ ਆਇਆ ਤੇ ਠਾ ਠਾ ਕਰਨਾ ਹੁੰਦਾ ਤਾਂ ਇਹਦੇ ਵਿੱਚ ਵੀ ਭਾਰਤ ਲੈ ਕੇ ਆ ਗਿਆ ਜੀ 골ਡ ਮੈਡਲ ਲੈ ਕੇ ਆ ਗਿਆ ਤਾਂ ਮੈਨੂੰ ਪਤਾ ਟਰੈਕ ਰੱਖਣਾ ਬਹੁਤ ਮੁਸ਼ਕਿਲ ਹੋ ਰਿਹਾ ਟੈਨਸ਼ਨ ਨਾ ਲੋ ਪ੍ਰੋਪਰ ਇੱਕ ਸੈਸ਼ਨ ਆਊਗਾ ਏਸ਼ੀਅਨ ਗੇਮਸ ਤੇ ਆਪਾਂ ਹਮੇਸ਼ਾ ਕਰਦੇ ਹੁੰਨੇ ਆ ਸਾਰੇ 골ਡ ਮੈਡਲ ਆਪਾਂ ਪੜਾਂਗੇ ਫਿਰ ਇੱਕ ਸੈਸ਼ਨ ਅਲੱਗ ਤੋਂ ਲੈ ਕੇ ਆਉਂਗਾ ਵੀ ਪੰਜਾਬੀ ਸੀਗੇ ਜਿਹੜੇ ਏਸ਼ੀਅਨ ਗੇਮਸ ਤੇ ਉਹਨਾਂ ਨੇ ਕਿਹੜੇ ਕਿਹੜੇ ਮੈਡਲ ਲੈ ਕੇ ਆਏ ਕਿਹੜਾ ਸਿਲਵਰ ਕਿਹੜਾ 골ਡ ਮੈਡਲ ਕਿਹੜਾ ਬ੍ਰੌਂਜ਼ ਮੈਡਲ ਕਿਹੜਾ ਰਿਕਾਰਡ ਖੜਾ ਕੀਤਾ ਉਹ ਸਾਰਾ ਆਪਾਂ ਪੜਾਂਗੇ ਟੈਨਸ਼ਨ ਨਹੀਂ ਲੱਗੇਗੀ ਸਿਰ ਠੀਕ ਹੈ ਬਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੁਸੀਂ ਤਾਂ ਜੀ ਇਹ ਸੀਗਾ ਜੀ ਟਰੈਪ ਇਵੈਂਟ ਹੁੰਦਾ ਹਵਾ ਏਸ਼ੀਅਨ ਗੇਮਸ ਦੀ ਗੱਲ ਕਰਦੇ ਆ ਜੀ ਪਾ ਇੰਡੀਆ ਨੇ 골ਡ ਮੈਡਲ ਜਿੱਤਿਆ ਜੀ ਪਾਕਿਸਤਾਨ ਨੂੰ ਹਰਾ ਕੇ ਮੁੰਡਿਆਂ ਦੀ ਸਕੁਐਸ਼ ਦੇ ਸਕੁਐਸ਼ ਦੱਸਿਆ ਸੀ ਮੈਂ ਤੁਹਾਨੂੰ ਯਾਦ ਹੈ ਇਹ ਹੁੰਦਾ ਟੈਨਿਸ ਪਚਾੜੇ ਲੱਗਿਆ ਨੈੱਟ ਇੱਕ ਇੱਥੋਂ ਮਾਰ ਰਿਹਾ ਇੱਕ ਉੱਥੋਂ ਮਾਰ ਰਿਹਾ ਜਿੱਥੇ ਨੈੱਟ ਹੈ ਉੱਥੇ ਖੜੀ ਕਰ ਦੋ ਕਹਿੰਦੇ ਦੀਵਾਰ ਹੁਣ ਦੋਨੇ ਬੰਦੇ ਇੱਥੇ ਖੜੇ ਨੇ ਇੱਕ ਦੀਵਾਰ ਤੋ ਮਾਰਦਾ ਫਿਰ ਦੂਜਾ ਮਾਰਦਾ ਫਿਰ ਤੀਜਾ ਮਾਰਦਾ ਫਿਰ ਐਂ ਕਰਤ ਖੇਡਦੇ ਹੁੰਦੇ ਆ ਠੀਕ ਹੈ ਜੀ ਤਾਂ ਇਹ ਹੈ ਜੀ ਇਹਦੇ ਵਿੱਚ ਵੀ ਭਾਰਤ ਹੈ ਜੀ ਤੇ ਇਹਦੇ ਵਿੱਚ ਵੀ ਇੱਕ ਪੰਜਾਬੀ ਮੁੰਡਾ ਹੈ ਜੀ ਇਹਨਾਂ ਬਾਰੇ ਵੀ ਗੱਲ ਕਰਾਂਗੇ ਆਪਾਂ ਆਬਵੀਅਸਲੀ ਅੱਜ ਟਾਈਮ ਨਹੀਂ ਵੇਸਟ ਕਰੂੰਗਾ ਤੁਹਾਡਾ ਕਿਉਂਕਿ ਇੱਕ ਪ੍ਰੋਪਰ ਸੈਸ਼ਨ ਲੈ ਕੇ ਆ ਰਿਹਾ ਮੈਂ ਕਿ ਪੰਜਾਬੀ ਦੀ ਨੇਸ਼ਨ ਗੇਮਸ ਤੇ ਜਿਹੜੇ ਭਾਰਤ ਦੇ ਸਾਰੇ 골ਡ ਮੈਡਲ ਵਗੈਰਾ ਆਏ ਉਹ ਸਾਰੇ ਨੇਸ਼ਨ ਗੇਮਸ ਹੈਨਾ ਚਲੋ ਇੱਕ ਹੋਰ ਦੀ ਗੱਲ ਕਰ ਲਈ ਤਾਂ ਜੀ 골ਡ ਆ ਗਿਆ ਜੀ ਟੈਨਿਸ ਦੇ ਵਿੱਚ ਤਾਂ ਜੀ ਰੋਹ ਮਿਕਸਡ ਦੇਖ ਸਕਦੇ ਤੁਸੀਂ ਮੁੰਡਾ ਤੇ ਕੁੜੀਆਂ ਮਿਕਸਡ ਇਵੈਂਟ ਕਿਹਾ ਜਾਂਦਾ ਹੈ ਰੋਹਨ ਬੁਪੰਨਾ ਤੇ ਰਤੂਜਾ ਭੋਸਲੇ ਨੇ ਕਿਹਨੂੰ ਹਰਾਇਆ ਜੀ ਚਾਈਨੀਜ਼ ਟਾਈਪਈ ਮੈਂ ਦੱਸਿਆ ਤੁਹਾਨੂੰ ਯਾਦ ਹੈ ਚਾਈਨੀਜ਼ ਟਾਈਪਈ ਕਿਹੜੀ ਕੰਟਰੀ ਹੈ ਇਹ Winner ਦੇ ਨਾਮ ਯਾਦ ਰੱਖਣਾ ਬਿਲਕੁਲ ਬਿਲਕੁਲ ਖਾਨ ਸਾਹਿਬ ਬਿਲਕੁਲ ਬਣਾਵਾਂਗੇ ਜੀ ਦੱਸੋ ਮੈਨੂੰ ਵਾਟ ਇਜ਼ ਚਾਈਨੀਜ਼ ਟਾਈਪਈ ਜਿਹੜਾ ਪੁਰਾਣਾ ਬੱਚਾ ਉਹਨੂੰ ਤਾਂ ਪਤਾ ਹੀ ਹੋਗਾ ਬਾਕੀ ਕਿਸ ਨੂੰ ਨਹੀਂ ਪਤਾ ਹੋਣਾ ਹਾਂਜੀ ਵਾਟ ਇਜ਼ ਚਾਈਨੀਜ਼ ਟਾਈਪਈ ਤਾਂ ਜੀ ਤਾਈਵਾਨ ਹੈ ਜਿਹੜਾ ਉਹਨੂੰ ਚਾਈਨਿਸ ਤਾਈਪੀ ਕਿਹਾ ਜਾਂਦਾ ਹੈ ਤਾਂ ਜੀ ਇਹਨਾਂ ਚਾਈਵਾਨ ਦੇ ਇਹਨਾਂ ਦੋਨਾਂ ਨੂੰ ਕੁੜਿਆਂ ਨੂੰ ਮੁੰਡਾ ਕੁੜੀਆਂ ਨੂੰ ਹਰਾਇਆ ਰੋਹਨ ਬੁੱਪੰਨਾ ਤੇ ਰਤੂਜਾ ਭੋਸਲੇ ਨੇ ਤੇ ਜਿੱਤ ਲਿਆ ਜੀ 골ਡ ਮੈਡਲ ਅਗਲਾ ਐਸ਼ਵਰੇ ਪ੍ਰਤਾਪ ਸਿੰਘ ਤੋਮਰ ਸੁਪਨਿਲ சுரேਸ਼ ਕੁਸਲੇ ਤੇ ਅਖਿਲ ਸ਼ਰਾਨ ਇਹਨਾਂ ਨੇ ਵੀ 골ਡ ਮੈਡਲ ਜਿੱਤਿਆ ਜੀ 50 ਮੀਟਰ ਰਾਈਫਲ ਦੇ ਵਿੱਚ ਹੁਣ ਦੇਖੋ ਬਹੁਤ ਸਾਰੇ 골ਡ ਮੈਡਲ ਆ ਰਹੇ ਨੇ ਯਾਦ ਤਾਂ ਕਰਨੇ ਪੈਣੇ ਹੈਨਾ ਯਾਦ ਤਾਂ ਕਰਨੇ ਪੈਣੇ ਗਾਹ ਪੈ ਜਾਣਾ ਭਾਜੀ ਮੈਂ ਮਜ਼ਾਕ ਨਹੀਂ ਕਰ ਰਿਹਾ ਬੜੇ ਸਾਰੇ ਹੋ ਗਏ ਤੇ ਪੇਪਰ ਜਾਣਗੇ ਆਣਗੇ ਛਾਲਾ ਲੋਵੀ ਅੱਜ ਦੀ ਤੁਹਾਡੀ ਕਲਾਸ ਛੋਟੀ ਹੀ ਰੱਖੀ ਹੈ ਠੀਕ ਹੈ ਜੀ ਹੋਰ ਕਰ ਵੀ ਕੀ ਸਕਦੇ ਆ ਪਰ ਪੀਪਟੀ ਨਹੀਂ ਬਣੀ ਸੀਗੀ ਤੇ ਐਨੀਵੇ ਆ ਜੰਦ ਜੰਦ ਇੱਕ ਕੱਲ ਮੈਂ ਕਹਿਣਾ ਚਾਹੂੰਗਾ ਵਾ ਸੁਣ ਕੇ ਜਾਇਓ ਪੇਪਰਾਂ ਦੀ ਤਿਆਰੀ ਜੇ ਕਰਨੀ ਹੈ ਨਾ ਥੋੜਾ ਜਨਾ ਯਾਰ ਉਹ ਹੋ ਜਾਓ ਅੰਦਰੋਂ ਨਾ ਆਪਣੇ ਅੰਦਰ ਥੋੜੀ ਮੋਟੀਵੇਸ਼ਨ ਲੈ ਕੇ ਆਣੀ ਜ਼ਰੂਰੀ ਹੈ ਬੱਚੇ ਪੁੱਛ ਰਹੇ ਸਰ ਵੀਡੀਓ ਕਦੋਂ ਆ ਰਿਹਾ ਸਰ ਪਟਵਾਰੀ ਕਦੋਂ ਆ ਰਿਹਾ ਸਰ ਜੇਲ ਬਾਰਡਰ ਕਦੋਂ ਆ ਇਹ ਤਿੰਨੇ ਪੇਪਰ ਇਸ ਮੰਥ ਆਣਗੇ ਪਹਿਲੇ ਦੱਸ ਦਿੰਨਾ ਮੈਂ ਤੁਹਾਨੂੰ ਇਹ ਤਿੰਨੇ ਪੇਪਰ ਇਸ ਮੰਥ ਆਣਗੇ ਆਪਣੇ ਕੋਲ ਕਿਉਂਕਿ ਡੈਡ ਲਾਈਨ ਸੀਗੀ ਕਿ ਸਤੰਬਰ ਐਂਡ ਤੱਕ ਵੀਡੀਓ ਰੀਓਪਨ ਹੋ ਜਾਵੇ ਤਾਂ ਇਹ ਤਿੰਨੇ ਪੇਪਰ ਸਾਡੇ ਕੋਲ ਇਸ ਮੰਥ ਵਿੱਚ ਆਣਗੇ 80 ਟੂ 90 ਪਰਸੈਂਟ ਪ੍ਰੋਬੈਬਿਲਿਟੀ ਹੈ ਤਾਂ ਆਪਣਾ ਜਿਹੜਾ ਜ ਸੁਪਨਾ ਲੈ ਕੇ ਚੱਲੇ ਹੋ ਨਾ ਜੇ ਉਸ ਕੰਡਿਆਂ ਦੇ ਰਾਹ ਤੇ ਚੱਲੇ ਹੋ ਨਾ ਤਾਂ ਹੁਣ ਸੀਸੀ ਨਾ ਕਰੋ ਕਹਿੰਦਾ ਓਖਲੀ ਵਿੱਚ ਸਿਰ ਦੀਆ ਤੋਂ ਮੋਲੇ ਅੰਕਾ ਕਰਦਾ ਰਹੇ ਹੋ ਜਾਂ ਕੁਝ ਹੁੰਦਾ ਨਾ ਕੁਝ ਤਾਂ ਜੇ ਹੁਣ ਇਸ ਰਾਹ ਉਹ ਨਾ ਕਰੋ ਕਿ ਹਾਈ ਇਹ ਤਾਂ ਕਰਨਾ ਪੈ ਰਿਹਾ ਹਾਈ ਇਹ ਵੀ ਪੜਨਾ ਪੈਣਾ ਪੜਨਾ ਵੀ ਪੈਣਾ ਫਿਰ ਰਿਵਾਈਜ਼ ਵੀ ਕਰਨਾ ਪੈਣਾ ਫਿਰ ਪ੍ਰੀਵੀਅਸ ਇਅਰ ਕੁਐਸਚਨ ਵੀ ਦੇਣੇ ਪੈਣੇ ਤੇ ਮੌਕ ਟੈਸਟ ਵੀ ਦੇਣੇ ਪੈਣੇ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਭਾਜੀ ਜੇ ਹੁਣ ਚਿੜੀ ਹੁਣ ਉੱਡਣਾ ਸ਼ੁਰੂ ਕਰ ਚੁੱਕੀ ਹੈ ਨਾ ਤਾਂ ਚਿੜੀ ਪੂਰੀ ਅਡਾਣ ਪੂਰੀ ਕਰ ਉਹ ਨਹੀਂ ਕਰਨਾ ਵਿਵਸਥਾ ਯਾਰੀ ਕਰ ਰਹੇ ਆ ਹੈ 4 ਸਾਲ ਬਾਅਦ ਤੁਹਾਡੇ ਤੋਂ ਪੁੱਛਿਆ ਜਾਊਗਾ ਬੱਚੇ ਕੀ ਕਰਦੇ ਕੋਈ ਕਹਿੰਦਾ ਜੀ ਮੈਂ ਪਟਵਾਰੀ ਲੱਗਿਆ ਜੀ ਪਟਵਾਰੀ ਬਲਵਿੰਦਰ ਸਿੰਘ ਹਾਂ ਜੀ ਤੁਸੀਂ ਸਬ ਇੰਸਪੈਕਟਰ ਮਨਜੀਤ ਕੌਰ ਹੈ ਨਾ ਤੇ ਕਨਸਟੇਬਲ ਉਭੜਨਾ ਚਾਹੁੰਦੇ ਹੋ ਤਾਂ ਇੱਕ ਵਾਰ ਨਾ ਡਟ ਕੇ ਤਿਆਰੀ ਕਰੋ ਸ਼ਿੱਦਤ ਵਾਲੀ ਇਕ ਤਾਂ ਇਹ ਕਲਾਸ ਨਾ ਛੱਡੋ ਦੂਜਾ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਹੋਰ ਜੁੜੇ ਰਹੋ ਛੱਡਿਓ ਨਾ ਕਿਉਂਕਿ ਮੋਟੀਵੇਸ਼ਨ ਕਲਾਸਿਸ ਜਿਹੜੀ ਹੁੰਦੀਆਂ ਨੇ ਤੁਹਾਡੀ ਗਾਈਡੈਂਸ ਹੁੰਦੀ ਹੈ ਤੁਹਾਨੂੰ ਮੈਂਟਰਸ਼ਿਪ ਦਿੱਤੀ ਜਾਂਦੀ ਹੈ ਬਾਕੀ ਬੈਚ ਨੇ ਜਿਹੜੇ ਉਹ ਸਭ ਤੁਹਾਡੇ ਲਈ ਖੜੇ ਹੋਏ ਨੇ ਮਤਲਬ ਕਿ ਇਹ ਸਾਰੇ ਜਿਹੜੇ ਪੇਪਰ ਨੇ ਇਹ ਸਾਰੇ ਜਿਹੜੇ ਪੇਪਰ ਆਪਣੇ ਕੋਲ ਆ ਰਹੇ ਨੇ ਇਹਨਾਂ ਸਾਰੇ ਪੇਪਰਾਂ ਦੀ ਤਿਆਰੀ ਕਰਨੀ ਐ ਸਿੱ ਡਟ ਕੇ ਕਰਨੀ ਐ ਡਰਨਾ ਨਹੀਂ ਸਾਰੇ ਪੇਪਰਾਂ ਦੀਆਂ ਸਾਡੇ ਕੋਲ ਲਾਈਵ ਕਲਾਸਿਸ ਵੀ ਮਿਲਣਗੀਆਂ ਉਹਨਾਂ ਦੀ ਰਿਕਾਰਡਡ ਵੀ ਮਿਲਣਗੀਆਂ ਕਿਹਦੇ ਚ ਤੇ ਸਾਰਾ ਕੋਈ ਟੈਸਟ ਸੀਰੀਜ਼ ਕ੍ਰੈਸ਼ ਕੋਰ ਰਿਵੀਜ਼ਨ ਬੈਚ ਮੌਕ ਟੈਸਟ ਸਭ ਮਿਲੂਗਾ ਪੰਜਾਬ ਦੇ ਮਹਾਪੈਕ ਚ 1 ਸਾਲ ਲਈ 3219 ਚ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦੇਣਾ ਬੱਚੇ ਇਹ ਹੁੰਦਾ ਪੰਜਾਬ ਦਾ ਮਹਾਪੈਕ ਇਹਦੇ ਵਿੱਚ ਨਾ ਸਾਲ ਪਰ ਦਾ ਜਿੰਨਾ ਪੇਪਰ ਆਊਗਾ ਉਹਦੀ ਤਿਆਰੀ ਕਰਾਈ ਜਾਊਗੀ ਉਹਦੀ ਕਲਾਸ ਆ ਜਾਵੇ ਉਹਦੀ ਟੈਸਟ ਸੀਰੀਜ਼ ਆ ਜਾਵੇ ਉਹਦੀ ਪੀਡੀਐਫ ਮੌਕ ਟੈਸਟ ਕਰੰਟ ਅਫੇਅਰ ਦਾ ਸਪੈਸ਼ਲ ਬੈਚ ਪੰਜਾਬ ਜੀ ਕੇ ਦਾ ਬੈਚ ਫਾਊਂਡੇਸ਼ਨ ਬੈਚ ਆ ਜਾਵੇ ਫਾਊਂਡੇਸ਼ਨ ਬੈਚ ਮਤਲਬ 0 ਤੋਂ 4 ਮਹੀਨੇ ਤੱਕ ਤੁਹਾਡੀ ਤਿਆਰੀ ਕਰਾਈ ਜਾਓ ਉਹਦੇ ਨਾਲ-ਨਾਲ ਤੁਹਾਨੂੰ ਇਹਦੇ ਵਿੱਚ ਮਿਲਦੇ ਆ ਬੱਚੇ ਵੀਡੀਓ ਕਾਲ ਤੇ ਗਾਈਡੈਂਸ ਕਲਾਸ ਸਾਰੀਆਂ ਫੈਕਲਟੀਜ਼ ਦੀਆਂ ਜੀਕੇ ਪੰਜਾਬ ਜੀਕੇ ਮੈਥ ਕਰੰਟ ਅਫੇਅਰ ਤੇ ਨਾਲ ਹੀ ਨਾਲ ਸਿਲੈਕਟਿਡ ਸਟੂਡੈਂਟਸ ਤੋਂ ਮੈਂਟਰਸ਼ਿਪ ਜਿਹੜੇ ਸਟੂਡੈਂਟ ਆਲਰੇਡੀ ਸਿਲੈਕਟਿਡ ਨੇ ਉਹਨਾਂ ਨਾਲ ਹੁਣ ਇਹ ਮੁੰਡਾ ਕੌਣ ਹੈ ਮਾਨ ਸਾਹਿਬ ਦੀ ਇੰਸਟਾਗ੍ਰam ਆਈਡੀ ਖੋਲੋ ਉੱਥੇ ਫੋਟੋ ਪਾਈ ਹੋਈ ਹੈ ਜਦੋਂ ਪਟਵਾਰੀ ਦੀ ਨਿਯੁਕਤੀ ਪੱਤਰ ਵੰਡੇ ਗਏ ਸੀਗੇ ਤਾਂ ਇਹ ਮੁੰਡਾ ਪਵਨਦੀਪ ਸਿੰਘ ਆਪਣਾ ਹੀ ਸਿਲੈਕਟਿਡ ਹੋਇ ਪਿਆਰ ਹੈ ਆਪਣਾ ਸਾਰਿਆਂ ਸਿਲੈਕਟਿਡ ਸਟੂਡੈਂਟਸ ਨਾਲ ਤਾਂ ਇਹਨਾਂ ਤੋਂ ਤੁਹਾਡੇ ਨਾਲ ਮੈਂਟਰਸ਼ਿਪ ਹੈ ਤੁਹਾਨੂੰ ਪਤਾ ਨਾ ਕੋਈ ਆਫਲਾਈਨ ਨਾ ਕੋਈ ਆਨਲਾਈਨ ਕੋਈ ਤੁਹਾਡੇ ਨਾਲ ਇਹੋ ਜੀ ਗੱਲ ਨਹੀਂ ਕਰਦਾ ਬਟ ਉਹੀ ਗੱਲ ਹੈ ਜੀ ਬੱਚਿਆਂ ਨਾਲ ਥੋੜਾ ਜਿਹਾ ਰਿਸਪੈਕਟ ਹੈ ਬੱਚਿਆਂ ਦੀ ਬੱਚਿਆਂ ਨਾਲ ਪਿਆਰ ਹੈ ਆਪਣਾ ਤਾਂ ਇਹ 2-3 ਹਫ਼ਤੇ ਬਾਅਦ ਆ ਕੇ ਤੁਹਾਡੇ ਨਾਲ ਰੂਬਰੂ ਹੋਇਆ ਕਰਾਂਗੇ ਤੇ ਤੁਹਾਨੂੰ ट्रिक्स ਦੱਸਿਆ ਕਰਾਂਗੇ ਤੁਹਾਡੇ ਜਿਹੜੇ ਵੀ ਡਾਊਟ ਹੋਣਗੇ ਉਹਨਾਂ ਨੂੰ ਦੂਰ ਕਰਿਆ ਕਰਾਂਗੇ ਲੇਕਿਨ ਕਿਨਾਂ ਨੂੰ ਸਿਰਫ Y383 ਵਾਲਿਆਂ ਨੂੰ ਹੁਣ ਲੌਗਇਨ ਇਹਦੇ ਚ ਐਨਰੋਲ ਕਿੱਦਾਂ ਕਰਨਾ ਹੈ ਉਹ ਦੇਖ ਲਓ ਉਹ ਇੰਪੋਰਟੈਂਟ ਹੈ ਇਹਦਾ ਵੈਸੇ ਲਿੰਕ ਮੈਂ ਕਮੈਂਟਾਂ ਚ ਵੀ ਲਾ ਦੂੰਗਾ ਲੇਕਿਨ ਆਪਣੇ ਆਪ ਵੀ ਦੇਖ ਲਓ ਅੱਡਾ 24/7 ਦੀ ਨਾ ਐਪ ਡਾਊਨਲੋਡ ਕਰਕੇ ਰੱਖ ਲਓ ਸਸਤਾ ਪਊਗਾ ਹੋਰ 3219 ਤੋਂ ਵੀ ਸਸਤਾ ਤਾਂ Google ਤੇ ਜਾਇਓ ਤੇ ਸਿੱਧਾ ਸਰਚ ਕਰੋ ਬੱਚੇ ਪੰਜਾਬ ਮਹਾਪੈਗ 2 ਮਿੰਟ ਸੁਣ ਕੇ ਜਾਨੀਂ ਦੇਰ ਬੈਠੇ ਹੋ ਨਾ ਫਿਊਚਰ ਲਈ 2 ਮਿੰਟ ਹੋਰ ਪਹਿਲੇ ਲਿੰਕ ਤੇ ਕਲਿੱਕ ਕਰੋ ਤੇ ਸਿੱਧਾ-ਸਿੱਧਾ ਤੁਸੀਂ ਆਪਣੇ ਫੋਨ ਵਿੱਚ ਤੁਹਾਡੀ ਐਪ ਓਪਨ ਹੋ ਜੂਗੀ ਪੰਜਾਬ ਮਹਾਪੈਗ ਓਪਨ ਹੋ ਜਾਊਗਾ ਇੱਥੇ ਦੇਖੋ ਜੀ 1500 ਘੰਟੇ ਦੀਆਂ ਕਲਾਸਾਂ ਮਿਲਣਗੇ ਲਾਈਵ ਤੇ ਪੁਰਾਣੇ ਜਾ ਚੁੱਕੇ ਟੈਸਟ 3 ਦਾ ਪੁਰਾਣੀਆਂ ਕਾਗਜ਼ਾਂ ਤੇ ਪੁਰਾਣੇ ਜਿਹੜੇ ਪੇਪਰ ਗਏ ਪਟਵਾਰੀ ਐਕਸਰਸਾਈਜ਼ ਫੋਰੈਸਟ ਗਾਰਡ ਉਹ ਸਭ ਹੁਣ ਇੱਥੇ ਜੇ ਤੁਸੀਂ ਰੇਟ ਦੇਖੋ ਅੱਜ ਮੇਰੇ ਨਾਲ ਮਜ਼ਾਕ ਹੋ ਰਿਹਾ ਹੈ ਏ ਮਤਲਬ ਮੈਂ ਮਤਲਬ ਪਹਿਲਾ ਪੀਪੀਟੀ ਕੋਈ ਹੋਰ ਆਗੀ ਹੁਣ ਆ ਰੇਟ ਦੇਖੋ ਰੇਟ ਤੇ ਵੀ ਡਿਸਕਾਊਂਟ ਹੈ ਚਲੋ ਆਪਣੇ ਲਈ ਤਾਂ ਫਾਇਦਾ ਹੀ ਹੈ ਤਾਂ ਜਿਹੜਾ ਵੀ ਬੱਚੇ ਨੇ انرੋਲ ਕਰਨਾ ਹੋਵੇ ਬਹੁਤ ਹੀ ਵਧੀਆ ਬੰਪਰ ਆਫਰ ਹੈ ਮੈਨੂੰ ਨਹੀਂ ਪਤਾ ਇਹ ਸਪੈਸ਼ਲ ਚਲਾਇਆ ਹੈ ਕੀ ਹੈ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ origional rate 8796 ਕੰਪਨੀ ਡਿਸਕਾਊਂਟ ਕੋਡ 2200 ਰੁਪਿਆ ਲੇਕਿਨ ਸਿਲੈਕਟਡ ਸਟੂਡੈਂਟ ਤੋਂ ਮੈਂਟਰਸ਼ਿਪ ਤੇ ਵੀਡੀਓ ਕਾਲ ਗਾਈਡੈਂਸ ਲਈ Y383Y383 ਲਾਵਾਂਗੇ ਐਕਸਟਰਾ ਡਿਸਕਾਊਂਟ ਵੀ ਮਿਲੇਗਾ 783 ਲਾ ਕੇ 2023 ਦਾ ਪੈ ਗਿਆ 1 ਸਾਲ ਦੀ ਥਾਂ 2 ਸਾਲਾਂ ਦਾ ਹੋ ਗਿਆ ਓ ਮਾਈ ਗੋਡ ਪਤਾ ਨਹੀਂ ਮੈਨੂੰ ਕੀ ਚੱਲ ਰਿਹਾ ਅੱਜ ਤਾਂ ਜੇ ਐਨਰੋਲ ਕਰਨਾ ਚਾਹੁੰਦੇ ਹੋ ਫਟਾਫਟ ਕਰ ਲਓ ਮੈਨੂੰ ਸੱਚੀ ਬਤ ਦੱਸਾ ਸਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਮੇਰੇ ਅਕੋਰਡਿੰਗ ਇਹ 3219 ਦਾ ਹੋਣਾ ਚਾਹੀਦਾ 1 ਸਾਲ ਲਈ ਲੇਕਿਨ ਜੇ ਹੈ ਆਪਣੇ ਲਈ ਫਾਇਦਾ ਪੰਜਾਬ ਲਈ ਫਾਇਦਾ ਆਪਣੀ ਸਰਕਾਰੀ ਨੌਕਰੀ ਲਈ ਫਾਇਦਾ ਤਾਂ ਹੁਣੇ ਜਾ ਕੇ انرੋਲ ਕਰ ਲਓ ਲਿੰਕ ਮੈਂ ਕਮੈਂਟਾਂ ਚ ਲਾ ਦੂੰਗਾ Y383 ਲਾ ਕੇ ਲਾਇਓ ਤੇ ਐਪ ਚ ਕਰਿਓ Ada 247 ਦੀ ਐਪ ਚ ਉੱਥੇ Y383 ਨਾਲ ਨਾ ਕੋਇਨਸ ਲੱਗ ਜਾਣਗੇ ਇਹੀ ਚੀਜ਼ ਤੁਹਾਨੂੰ ਸਿਰਫ 1936 ਦੀ ਭੇਜੂਗੀ ਸਿਰਫ 1936 ਦੀ ਕਰ ਲਓ ਯਾਰ ਮੈਨੂੰ ਨਹੀਂ ਪਤਾ ਤੁਹਾਡੇ ਕੋਲ ਸ਼ੋ ਹੋ ਰਿਹਾ ਸਿਰਫ ਇੱਥੇ ਸ਼ੋ ਹੋ ਰਿਹਾ ਜੇ ਸ਼ੋ ਹੋ ਰਿਹਾ ਫਟਾਫਟ ਚੱਕ ਲਓ ਦੇਖੋ ਹੋਣਾ ਤਾਂ ਨਹੀਂ ਚਾਹੀਦਾ ਇਹ ਜੇ ਤੁਹਾਡੇ ਕੋਲ ਸ਼ੋ ਹੋ ਰਿਹਾ ਹੈ ਫਟਾਫਟ ਜਾ ਹੁਣੇ ਹੁਣੇ ਕਲਾਸ ਛੱਡ ਕੇ ਜਾਓ ਅਡਾ 247 ਦੀ ਐਪ ਡਾਊਨਲੋਡ ਕਰਕੇ Google ਤੇ ਸਰਚ ਕਰਕੇ ਪੰਜਾਬ ਮਹਾਪਾ ਇੱਕ ਆਓ ਤੇ Y383 ਨਾਲ ਕויਨਸ ਵਰਤਿਓ ਇਹ 1936 ਦਾ ਪੈ ਜਾਊਗਾ ਐਪ ਦੇ ਵਿੱਚ ਤਾਂ ਜੇ ਤਿਆਰੀ ਕਰਨਾ ਚਾਹੁੰਦੇ ਹੋ ਸਿੱਧੀ ਜੀ ਗੱਲ ਆ ਯਾਰ 2 ਸਾਲ ਦਾ 1936 ਮਚ ਬੈਟਰ ਦੈਨ 3219 ਦਾ ਸਿਰਫ 1 ਸਾਲ ਤਾਂ ਜੀ ਮੌਕਾ ਸੰਭਾਲੋ ਤੇ ਫਟਾਫਟ ਫਟਾਫਟ ਫਟਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ 올 ਦਾ ਬੈਸਟ ਬਾਏ